ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵੈਲਕਮ ਟੂ ਅਨਦਰ ਸੰਗਤ ਹੈਲਥ ਟੀਵੀ ਸ਼ੋ। ਅੱਜ ਦੇ ਸ਼ੋ ਦੇ ਵਿੱਚ ਤੁਹਾਡਾ ਦਾਸ ਡਾਕਟਰ ਜਸਵੀਰ ਸਿੰਘ ਅਤੇ ਸਾਡੇ ਨਾਲ ਸਾਡੀ ਭੈਣ ਜੀ ਕੋ ਪ੍ਰੈਜੈਂਟਰ ਪਰਮਿੰਦਰ ਕੌਰ ਬੋਪਲ ਅਤੇ ਸਾਡੀ ਜਾਣ ਪਛਾਣ ਡਾਕਟਰ ਜੀ, ਸਾਡੀ ਸਪੈਸ਼ਲਿਸਟ ਜੀ ਪੀ ਜਿਹੜੀ ਆ ਕੇ ਸਾਡੀ ਸੇਵਾ ਕਰਦੇ ਆ, ਹੈ ਨਾ, ਉਹਨਾਂ ਦਾ ਨਾਂ ਹੈਗਾ ਆ ਪ੍ਰਦੀਪ ਕੌਰ ਸੰਧੂ। ਸੋ ਵੈਲਕਮ ਜੀ, ਥੈਂਕ ਯੂ, ਹੈ ਨਾ। ਇਹ ਸਾਰੀ ਸੇਵਾ ਅਸੀਂ ਬਸ ਤੁਹਾਡੇ ਨਿਆਣਿਆਂ ਦੀ ਤਰ੍ਹਾਂ ਕਰ ਰਹੇ ਹਾਂ, ਅਸੀਂ ਖੁਦ ਸਿੱਖ ਰਹੇ ਹਾਂ, ਸਾਨੂੰ ਆ ਕੇ ਤੁਸੀਂ ਵੀ ਦੱਸੋ ਕਿ ਅਸੀਂ ਜੇ ਕੰਮ ਠੀਕ ਕਰ ਰਹੇ ਹਾਂ ਜਾਂ ਨਹੀਂ। ਪਰ ਅੱਜ ਦਾ ਸ਼ੋਅ ਬਹੁਤ ਹੀ ਸਾਡੇ ਵਾਸਤੇ ਨਾ ਕਈਆਂ ਨੇ ਡਿਮਾਂਡ ਕੀਤੀ ਹੈ ਅਤੇ ਸਾਨੂੰ ਵੀ ਲੱਗਿਆ ਕਿ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਈਏ। ਇਹ ਸ਼ੋਅ ਹੈਗਾ ਆ ਫਰਟੀਲਿਟੀ। ਫਰਟੀਲਿਟੀ ਦਾ ਮਤਲਬ ਜਦੋਂ ਆਪਾਂ ਬੱਚੇ ਚਾਹੁੰਦੇ ਹਾਂ, ਉਹਦੇ ਵਿੱਚ ਕਈ ਪ੍ਰੋਬਲਮਾਂ ਵੀ ਆਉਂਦੀਆਂ ਆ। ਬੱਚੇ ਕਈ ਕਪਲਸ ਦੇ ਕੋਲ ਬੱਚੇ ਹੁੰਦੇ ਨਹੀਂ, ਫਿਰ ਉਹਨਾਂ ਦੇ ਟੈਸਟ ਹੁੰਦੇ ਆ। ਉਹਨਾਂ ਦੇ ਬਾਰੇ ਅਸੀਂ ਸੋਚਿਆ ਸੀ ਕਿ ਸੰਗਤ ਵਾਸਤੇ ਇਹ ਸ਼ੋਅ ਲੈ ਕੇ ਆਈਏ ਜਿਹੜਾ ਥੋੜ੍ਹਾ ਜਿਹਾ ਤੁਹਾਨੂੰ ਦੱਸੂਗਾ ਕਿ ਬੱਚੇ ਕਿਵੇਂ ਪੈਦਾ ਹੁੰਦੇ ਆ ਅਤੇ ਉਹਨਾਂ ਦੀ ਜੇ ਕੋਈ ਲੇਡੀਜ਼ ਦੇ ਵਿੱਚ ਜਾਂ ਜੈਂਟਲ ਦੇ ਵਿੱਚ ਕੋਈ ਵੀ ਜੇ ਘਾਟਾ ਆ ਜਾਂ ਹੈਲਥ ਦੀ ਪ੍ਰੋਬਲਮ ਆ, ਉਹਨਾਂ ਨੂੰ ਕਿਵੇਂ ਸੁਝਾਅ ਕਰ ਸਕਦੀ ਹੈ। ਸੋ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅਤੇ ਸੋ ਪਰਮਿੰਦਰ, ਇਟਸ ਅ ਗ੍ਰੇਟ ਸ਼ੋਅ। ਸੋ Shall we start and start questioning our expert today and allowing her to share her knowledge? So I just wanted to say, Sangat ji, hon apa infertility di show kar rahe ha, ta eh tusi eh na socho eh sirf budhiyan de vich hunde ha, ta bande tusi uth ke chaah banan chal jao, tusi baithe rahwo, eh dua vaaste ha. Ta Dr. Pradeep ne sanu sab kuch dassna ve infertility bandeyan nale budhiyan de vich doyan ch ho sakdi ha. Ta eh show de vich assi eh dekhna ve jehde bande hage ha umar de vich 40 saalan to ghat ha, oh kidda ਡੀਲ ਕਰੀਦਾ ਆ ਸਿਚੁਏਸ਼ਨ, ਤਾਂ ਜਿਹਨਾਂ ਦੀ ਉਮਰ 40 ਤੋਂ ਵੱਧ ਆ ਉਹ ਵੀ ਕੀ ਕਰ ਸਕਦੇ ਆ, ਤਾਂ ਜਿਹਨਾਂ ਨੇ ਉਹ ਵੀ ਸਿਚੁਏਸ਼ਨ ਹੈਗਾ ਆ ਜਿਹਨਾਂ ਨੇ ਖੁਦ ਨਹੀਂ ਬੱਚੇ ਪੈਦਾ ਹੋ ਸਕਦੇ, ਪਰ ਅਡੋਪਸ਼ਨ ਵੀ ਤੁਸੀਂ ਕਰ ਸਕਦੇ ਆ ਜਾਂ ਤੁਸੀਂ ਫੋਸਟਰਿੰਗ ਵੀ ਕਰ ਸਕਦੇ ਆ। ਸੋ ਅੱਜ ਦੇ ਸ਼ੋਅ ਦੇ ਨਾਲ ਹੈਗਾ ਤੁਹਾਡੇ ਵਾਸਤੇ, ਤਾਂ ਆਪਾਂ ਸ਼ੁਰੂ ਕਰੀਏ ਪ੍ਰਦੀਪ ਜੀ ਦੇ ਨਾਲ। ਪ੍ਰਦੀਪ, ਜਸਟ ਵਨ ਥਿੰਗ, ਆਪਣਾ ਸਾਰਾ ਜਿਹੜਾ ਸਾਡਾ ਮੇਨ ਕਨੈਕਸ਼ਨ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਆ, ਹੈ ਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ਼ਬਦ ਆਉਂਦੇ ਆ ਕਈ, ਹੈ ਨਾ। ਅਸੀਂ ਸੋਚਿਆ ਕਿ ਥੋੜ੍ਹਾ ਜਿਹਾ ਤੁਹਾਡੇ ਨਾਲ ਸ਼ੇਅਰ ਕਰੀਏ ਸ਼ਬਦ, ਹੈ ਨਾ, ਜਿਹੜਾ ਆਪਣੇ ਗੁਰੂ ਨਾਨਕ ਰਾਗ ਆਸਾ ਮਹੱਲਾ ਪਹਿਲਾ ਅੰਗ 473 ਦੇ ਉੱਤੇ ਆਉਂਦਾ ਆ। ਇਹਦੇ ਨਾਲ ਆਪਾਂ ਸਾਡਾ ਜਿਹੜਾ ਮਕਸਦ ਇਹ ਆ ਕਿ ਹੈਲਥ ਬਾਣੀ ਕੀ ਕਹਿ ਰਹੀ ਹੈ ਉਹ ਵੀ ਦੱਸ ਰਹੇ ਆ, ਜਿਹੜੀ ਆਪਣੀ ਮਾਡਰਨ ਮੈਡੀਸਨ ਆ ਉਹ ਤਾਂ ਬਹੁਤ ਦੱਸਦੇ ਆ, ਹੈ ਨਾ। ਗੁਰੂ ਗ੍ਰੰਥ ਸਾਹਿਬ ਜੀ ਦਾ ਥੋੜ੍ਹਾ ਜਿਹਾ ਆਪਾਂ ਸ਼ੇਅਰ ਕਰਨਾ ਆ। ਮੈਨੂੰ ਮਾਫ਼ ਕਰਿਓ ਜੇ ਥੋੜ੍ਹਾ ਕਹਿਣ ਦੇ ਵਿੱਚ ਮੁਸ਼ਕਿਲ ਹੋ ਗਈ ਤਾਂ ਮੇਰਾ ਸਾਥ ਦਿਓ, ਹੈ ਨਾ। ਉਹਦੇ ਵਿੱਚ ਹੈਗਾ ਮਹੱਲਾ ਪਹਿਲਾ, ਭੰਦ ਜੰਮੀਏ ਭੰਦ ਨਿਮੀਏ ਭੰਦ ਮੰਗਣ ਵਿਆਹੋ, ਫਰੋਮ ਵਿਮਿਨ ਮੈਨ ਇਜ਼ ਬੋਰਨ, ਵਿਦਇਨ ਵਿਮਿਨ ਮੈਨ ਇਜ਼ ਕਨਸੀਵਡ, ਟੂ ਵਿਮਿਨ ਹੀ ਇਜ਼ ਇੰਗੇਜਡ ਐਂਡ ਮੈਰਿਡ। ਨੈਕਸਟ ਲਾਈਨ ਜੀ, ਭੰਡ ਹੋਵੇ ਦੋਸਤੀ ਭੰਡੇ ਚੱਲੇ ਰਾਹੋ, ਵਿਮਿਨ ਬਿਕਮਸ ਹਿਸ ਵੁਮਨ ਬਿਕਮਸ ਹਿਸ ਫਰੈਂਡ, ਥਰੂ ਵਿਮਿਨ ਦ ਫਿਊਚਰ ਜੈਨਰੇਸ਼ਨਸ ਕਮ। ਨੈਕਸਟ ਲਾਈਨ ਜੀ, ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਭੰਡਾਨ, ਉਹਦੇ ਵਿੱਚ ਹੈ ਵੈਨ ਹੀ ਇਜ਼ ਵੁਮਨ ਡਾਈਜ਼ ਹੀ ਸੀਕਸ ਅਨਦਰ ਵੁਮਨ, ਟੂ ਵਿਮਨ ਹੀ ਇਜ਼ ਬਾਉਂਡ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ, ਵੈਰੀ ਇੰਪੋਰਟੈਂਟ ਸੰਗਤ ਜੀ। ਸੋ ਵਾਈ ਕੋਲ ਹਰ ਬੈਡ, ਕੁਸ਼ਚਨ ਮਾਰਕ ਹੈ, ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਫਰੋਮ ਹਰ ਕਿੰਗਸ ਆਰ ਬੋਰਨ, ਭੰਦ ਹੀ ਭੰਦ ਭੰਡ ਹੀ ਭੰਡ ਉਪਜੇ ਭੰਡੇ ਬਜ ਨਾ ਕੋਈ, ਫਰੋਮ ਵਿਮਿਨ ਵਿਮਨ ਇਜ਼ ਬੋਰਨ, ਵਿਦਆਊਟ ਵੁਮਨ there would be no one at all. So Vaheguru Ji Ka Khalsa, Vaheguru Ji Ki Fateh. Guru Ji is telling us women are the center of humanity, and without women none of us would be here, no seva, no creation could be there, and that's the animal kingdom and our human kingdom. So I just wanted to start off with that, you know, beautiful subject.
So over to you, Hannah Pradeep. So Waheguru Ji Ka Khalsa, Waheguru Ji Ki Fateh. Thank you for inviting me back onto the show. So main just kehna chahundi si ki assi huni gurbani use kiti si. Te in addition to that, jinna Japji Sahib de vich Guru Nanak Dev Ji ne vi keha hega ke jor na jeevan maran na jor. So assi jinna koi jor nahi pa sakde ke kadon jeev ne thade kol aana te even jadon assi is duniya to jana. So tusi idan na sochyo ke eh hunda kyon nahi ja pregnancy hundi kyon nahi ja thodi jehdi nuwa ja tiya ja munda, you know, tusi ida bota na sochya karo kyon nahi hunda, kyon nahi hunda. Ultimately, ये तो महाराज के हुक्म दे विच सारा कुछ होना है। So ये बहुत important है इस कल नू पहला शुरू करने वास्ते। So नरे गुरु नानक देव जी ने खुद किया सिगा like in Asa Diwar as well. So I mean the main question really is कि infertility है की किया। ते infertility हुंदी या के जो दो एक बंदा ते एक बीबी कठे हुंदे या ते वो try कर दा न्याने ली, वो try कर दे न्याने ली। ते मेनू कदी कदी question पुछते हैं पेशेंट्स कहते कि असी ना ट्राई करते हैं वंस अ वीक जा वंस अ मंथ असी ट्राई करते हैं न्याने नू, पर उन्होंने यह नहीं पता कि साढ़े जेडे मेडिकल प्रोफेशनल वर्ल्ड च यह होंदा कि ट्राई करना यदा मतलब होंदा एवरी दो तीन दिन बाद, यू नो एट लीस्ट ट्वाइस एक हफ्ते दे विच दो वारी ट्राई करना पैंदा। सो दे ऑल फाइट अ कपल आर टुगेदर दे नीड टू बी ट्राइंग फॉर चिल्ड्रन मोर देन वंस अ वीक, इट नीड्स टू बी टू टू थ्री टाइम्स अ वीक। एग्जैक्टली एंड जस्ट एवरी टू टू थ्री डेज, हर दो तीन दिन बाद ट्राई करना चाहिदा, नडे ए तुसी एक साल ली करना चाहिदा एट लीस्ट। सो इनफर्टिलिटी होंदा कि बंदा बीबी इकट्ठे होंदे आ ट्राइंग एवरी टू टू थ्री डेज, हर दो तीन दिन बाद ट्राई करी जांदे आ ते एक साल बाद बेबी नहीं होंदा। अच्छा ओनो हर के कहने इनु कोल का दया इनफर्टिलिटी तो कई जे हम जिद्दा हुन कालू जिद्दा नमे जोड़े दा विवाह होवे ते पहला ही जिद्दा बीबियां बच्चन लपंदियां वे थाडे कोई न्याना नहीं वे ते फिर थोड़ा चा रेट भुल जंदे कंपैशन प्यार एक दूजिया नाल, नर असी भुल जांदे आ कि जे ए मैं हुंदी, मेरी सस ने मैनू की कहना सीगा, मैं की चाहुंदी सी कि एक्चुअली मेरी माँ भी मैनू की कहना चाहुंदा। वी शुड रियली बी थिंकिंग कि ए प्यार असी सारिआं नू देना चाहिदा आ, जिंदा नू थोड़ी ती आ, सस थोड़ी मम आ। मैं कहने ना तौल धर्म दया का पुत, है ना? सो धर्म दया दा पुत्र आ। सो विदाउट दया देयर इज नो रिलीजन। कोई थोड़ी हले तो थोड़ा हले थोड़ा जिमें रिलीजन जरा पाठ करते हैं या कोई भगती फॉलो करते हैं वो तो शुरू नहीं हुई। सारा साडा फाउंडेशन हैगा या सिखी दे विच स्पेशली है ना दया तो। Thank you for mentioning that point. Really important. ਨਾਲੇ ਜਿੱਦਾਂ ਹੁਣ ਜਿੱਦਾਂ ਪ੍ਰਦੀਪ ਜੀ ਨੇ ਤਾਂ ਕਿਹਾ ਸੀ ਭੈਣ ਜੀ ਨੇ ਵੀ ਇਹ ਗੱਲ ਆ ਵੀ ਜਦੋਂ ਲਿਖਿਆ ਜਦੋਂ ਉਹਦਾ ਹੁਕਮ ਆ ਉਦੋਂ ਇਹ ਹੋਣਾ ਹੈ ਨਾ, ਤਾਂ ਉਹ ਜਿਹਦਾ ਉਹਦਾ ਭਾਣਾ ਬੜਾ ਮਿੱਠਾ ਆ ਜਦੋਂ ਲਿਖਿਆ ਆ ਉਹੀ ਉਦੋਂ ਜੀ ਨੇ ਆਉਣਾ ਆ। ਤਾਂ ਪ੍ਰਦੀਪ ਜੀ ਇੱਕ ਜਿਹੜੀ ਹੈਗੀ ਇਨਫਰਟੀਲਿਟੀ ਪ੍ਰੋਬਲਮ ਹੈ ਨਾ, ਕਿੰਨੇ ਕੁ ਜਣਿਆਂ ਨੂੰ ਇਹ ਇੰਪੈਕਟ ਕਰਦੀ ਹੈ, ਕਿੰਨੀ ਵਾਈਡ ਸਪਰੈਡ ਹੈਗੀ ਆ? ਸੋ ਇਨਫਰਟੀਲਿਟੀ ਕਾਫੀ ਕਾਮਨ ਪ੍ਰੋਬਲਮ ਆ। ਸੋ ਹਰ ਸੱਤ ਬੰਦਿਆਂ ਨੂੰ ਇੱਕ ਬੰਦੇ ਨੂੰ ਹੁੰਦੀ ਹੁੰਦੀ ਆ, ਜਾਂ ਇੱਕ ਕਪਲ ਨੂੰ, ਆਈ ਵੁਡ ਸੇ ਬੰਦਾ ਇੱਕ ਕਪਲ ਨੂੰ ਹੁੰਦੀ ਹੁੰਦੀ ਆ। ਸੋ 1 ਇਨ 7 ਯਾ 1 ਇਨ 7 ਐਂਡ ਦਿਸ ਇਜ਼ ਅਬਾਊਟ 3.5 million people in the UK affected by this. So millions of people affected are as issue to as problem. So tusi kalle nahi hage. Te ek hor bhi gal hai, infertility do tarah di hai. Ek hagi hai jinhane try kite nyane lenu par le nahi sakde, ja second type hundi hai ki unka ek nyana hega, ja unhane pregnancy hui hai par miscarriage hui hai. So unhan da hega siga par basically oh try kar de affair par nahi hunda tak ni chabe chaleya oh ja ohna ko pehla nyana sega hega te oh try kar de par baby nahi hunda dusra nyana nahi yeah exactly so there's two types of infertility primary and secondary yeah and what causes infertility in men and women kake tusi na ta pehla gaya ya ve duan nu ho sakdi ha na yeah hanji I think best thing to start off with as is explain karna ke fertility kidda hundi hai main tuhanu diagrams dikhane ha te sangat ji apan nu kai wari question vi aa jande ha ki tusi eh je diagram kyon dikhane ha agge vi assi ek wari gal kiti ha ki
ਜਦੋਂ ਸਿੱਖਿਆ ਦਾ ਮਤਲਬ ਹੀ ਹੈਗਾ ਆ ਕਿ ਤੁਸੀਂ ਸਿੱਖਣਾ ਆ, ਸਿੱਖਣਾ ਇਹ ਵੀ ਆ ਧਰਮ ਬਾਰੇ ਤੁਹਾਡੀ, ਪਰ ਸਿੱਖਣਾ ਇਹ ਵੀ ਆ ਤੁਹਾਨੂੰ ਜਿਹੜੀ ਦੇਹ ਦਿੱਤੀ ਆ, ਤੁਹਾਨੂੰ ਮਾਲਕ ਨੇ ਇਹ ਦਿੱਤੀ ਹੋਈ ਆ ਬੋਡੀ, ਇਹਦੀ ਰਿਸਪੈਕਟ ਕਰੋ, ਤੁਹਾਡਾ ਫਰਜ਼ ਬਣਦਾ ਭਾਵੇਂ ਬੰਦਾ ਹੋਏ ਜਾਂ ਬੁੜੀ, ਉਹ ਇਹ ਇਹਨੂੰ ਸਿੱਖੇ। ਜੇ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਇਹ ਸਾਰਾ ਕਿਉਂ ਦਿਖਾਉਂਦੇ ਆ, ਇਹ ਤਾਂ ਦਿਖਾਉਂਦੇ ਆ ਇਹ ਸ਼ਿਕਸ਼ਾ ਦੇ ਹਿਸਾਬ ਨਾਲ, ਜੋ ਵੀ ਮਾਲਕ ਨੇ ਆਪਣੇ ਵਾਸਤੇ ਦਿੱਤਾ ਆ ਆਪਾਂ ਨੂੰ, ਆਪਾਂ ਉਹਦਾ ਸਤਿਕਾਰ ਕਰਨਾ ਆ, ਤਾਂ ਇਹ ਉੱਥੋਂ ਸ਼ੁਰੂ ਹੁੰਦਾ। ਜਸਟ ਮੈਂ ਮੈਂਸ਼ਨ ਦੈਟ ਪੁਆਇੰਟ, ਹੈ ਨਾ, ਕਈ ਆਪਣੀ ਅਜਿਹੀ ਸੰਗਤਾਂ ਜਿਹੜੇ ਨਹੀਂ ਐਜੂਕੇਸ਼ਨ ਦੇ ਵਿੱਚ ਆ, ਉਹ ਕਹਿੰਦੇ ਇਹੋ ਜਿਹੇ ਡਾਇਆਗ੍ਰਾਮ ਕਿਉਂ, ਬਹੁਤ ਜ਼ਰੂਰੀ ਆ ਕਿ ਆਪਾਂ ਸਿੱਖੀਏ। ਸੋ ਥੈਂਕ ਯੂ ਜੀ। ਹਾਂਜੀ, ਸੋ ਇਹ ਪਹਿਲਾ ਡਾਇਆਗ੍ਰਾਮ ਹੈਗਾ ਦਿਖਾਉਂਦੇ ਆ ਕਿ ਬੱਚਾ ਕਿੱਦਾਂ ਬਣਦਾ ਵਾ। ਸੋ ਪਹਿਲੀ ਗੱਲ ਆ, ਇਹ ਹੈਗਾ ਵਾ ਵਿਮੈਨਸ ਓਰਗਨਸ, ਸੋ ਇਹ ਮਾਂ ਦਾ ਜਿਹੜਾ ਗਰਭ ਆ, ਬੱਚਾਦਾਨੀ ਆ, ਇਹ ਇੱਥੇ ਆ, ਅਤੇ ਇੱਥੇ ਸਾਡੇ ਜਿਹੜੇ ਓਵਰੀ ਆ, ਇਹਦਾ ਮਤਲਬ ਇਹ ਆ ਕਿ ਜਿੱਥੇ ਆਂਡੇ ਆਉਂਦੇ ਆ, ਅਤੇ ਇਹ ਟਿਊਬ ਹੁੰਦਾ ਵਾ ਜਿਹੜਾ ਆਂਡਿਆਂ ਦਾ ਜਿਹੜਾ ਸੈਕ ਵਾ, ਤੁਸੀਂ ਇੱਦਾਂ ਕਹਿ ਵੀ ਸਕਦੇ ਆ ਬੈਗ ਆਫ ਓਵਰੀਜ਼, ਬੈਗ ਆਫ ਐੱਗਸ, ਉਹਨੂੰ ਕਨੈਕਟ ਕਰਦਾ ਇਹ ਟਿਊਬ ਬੱਚਾਦਾਨੀ ਨੂੰ। ਸੋ ਸਿਰਫ ਤਿੰਨ ਚੀਜ਼ਾਂ ਤੁਹਾਨੂੰ ਬੇਸਿਕਲੀ ਇਹ ਮੇਨ ਚੀਜ਼ਾਂ ਹੈਗੀਆਂ ਵਾ ਜਿਹੜਾ ਵਿਮੈਨ ਦੇ ਸੈਕਸ਼ੂਅਲ ਓਰਗਨਸ, ਰੀਪ੍ਰੋਡਕਟਿਵ ਓਰਗਨਸ ਅਸੀਂ ਕਹਿੰਦੇ ਹਾਂ। ਸੋ ਬੇਸਿਕਲੀ ਇੱਥੇ ਤੋਂ ਓਬਵੀਅਸਲੀ ਜਦੋਂ ਹਸਬੈਂਡ ਵਾਈਫ ਇਕੱਠੇ ਹੁੰਦੇ ਆ, ਫਿਰ ਸਪਰਮ ਹੁੰਦਾ ਜਿਹੜਾ ਬੰਦੇ ਦਾ ਪਾਣੀ ਤੁਸੀਂ ਕਹਿ ਸਕਦੇ ਆ ਜਿਹੜਾ ਨਿਕਲਦਾ ਵਾ, ਅਤੇ ਇਹ ਉੱਪਰ ਚਲ ਜਾਂਦਾ ਵਾ, ਅਤੇ ਇੱਥੇ ਤੋਂ ਉੱਪਰ ਜਾ ਕੇ ਨਾ ਜਿੱਥੇ ਜਿਹੜੀ ਲੇਡੀ ਦੀ ਆਂਡਾ ਵਾ ਉਹ ਬਾਹਰ ਆਉਂਦੀ ਆ ਜਿਹੜਾ ਇਹ ਸੈਕ ਤੋਂ, ਅਤੇ ਇੱਥੇ ਫਿਰ ਬੱਚੇਦਾਨੀ ਦੇ ਵਿੱਚ ਇਹ ਇਕੱਠਾ ਮਿਲਦੀ ਆ, ਅਤੇ ਇੱਥੇ ਤੋਂ ਨਿਆਣਾ ਪੈਦਾ ਹੁੰਦਾ ਵਾ, ਅਤੇ ਇਹ ਫਿਰ ਜਦੋਂ ਨਿਆਣਾ ਸ਼ੁਰੂ ਹੁੰਦਾ ਵਾ, ਇਹਨੇ ਇੱਥੇ ਜਿਹੜੀ ਬੱਚਾਦਾਨੀ ਦਾ ਜਿੰਦਾ, ਮੈਂ ਉਹਨੂੰ ਕੋਲ ਕਰ ਦਿਆ ਕੰਬਲ, ਉਹਨੂੰ ਕਹਿੰਦੇ ਫਰਟੀਲਾਈਜੇਸ਼ਨ, ਇਹਨੂੰ ਕੋਲ ਕਰਦੇ ਫਰਟੀਲਾਈਜੇਸ਼ਨ ਤੋਂ, ਜਦੋਂ ਇਹ ਹੁੰਦਾ ਇਹਨੇ ਕੰਬਲ ਦੇ ਵਿੱਚ ਜਾ ਕੇ ਲੰਮਾ ਪੈ ਲੈਣਾ, ਅਤੇ ਇਹਨੇ 9 ਮਹੀਨੇ ਲਈ ਵੱਡਾ ਹੋਈ ਜਾਣਾ। ਹਾਂਜੀ ਹਾਂਜੀ, ਸੋ ਇਹ ਫਰਟੀਲਾਈਜੇਸ਼ਨ ਆ, ਇਹ ਜਿੰਨਾ ਬੱਚਾ ਪੈਦਾ ਹੁੰਦਾ। ਅਤੇ ਹੁਣ ਅਸੀਂ ਜਿੰਨਾ ਡਿਸਕਸ ਕਰਦੇ ਹਾਂ ਕਿ ਕੋਜ਼ਿਸ ਕੀ ਆ ਇਨਫਰਟੀਲਿਟੀ, ਇਨਫਰਟੀਲਿਟੀ ਦੇ ਮੇਨ ਕੋਜ਼ਿਸ ਕੀ ਆ। ਪਹਿਲੀ ਗੱਲ ਇਹ ਆ ਕਿ 25%, ਸੋ ਹਰ ਜਿਹੜੇ ਚਾਰ ਬੰਦਿਆਂ ਤੋਂ ਇੱਕ ਲਾਈਕ ਕਪਲ, ਸਾਨੂੰ ਪਤਾ ਨਹੀਂ ਹੈਗਾ ਕਿ ਕੋਜ਼ ਕੀ ਹੈਗਾ। ਹਾਂਜੀ, ਜਿੱਦਾਂ ਅਸੀਂ ਆਪਾਂ ਹੁਣ ਕਹਿੰਦੇ ਹਾਂ ਵੀ ਜੋ ਤੀਵੀਂ ਆਦਮੀ ਦੇ ਵਿੱਚ ਕਿਸੇ ਦੇ ਵਿੱਚ ਵੀ ਕੋਈ ਹੈਗਾ ਕਿ ਬਈ ਕਮੀ, ਤਾਂ ਇਹ ਪਤਾ ਨਹੀਂ ਹਾਲੇ ਵੀ ਕਿਹੜੇ 'ਚ ਹੋ ਸਕਦੀ, ਪਰ ਦੋਵਾਂ ਦੇ ਵਿੱਚ ਚੈੱਕ ਕਰਨਾ ਪੈਂਦਾ। ਹਾਂਜੀ, ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਇਨਫਰਟੀਲਿਟੀ ਪ੍ਰੋਬਲਮ ਹੁੰਦੀ ਆ ਅਸੀਂ ਸਿੱਧੇ ਤੀਵੀਂ ਕੋਲ ਚੱਲ ਜਾਂਦੇ ਹਾਂ, ਅਸੀਂ ਸਿੱਧਾ ਕਹਿੰਦੇ ਹਾਂ ਇਹਦੇ 'ਚ ਕੋਈ ਨੁਕਸ ਹੋਣਾ ਵਾ। ਐਂਡ ਮੈਂ ਬਹੁਤ ਪੇਸ਼ੈਂਟਸ ਦੇਖੇ ਆ ਜਿਹੜੇ ਨੂੰ ਇਹ ਉਹਨਾਂ ਨੂੰ ਦੱਸਿਆ ਗਿਆ ਹੁੰਦਾ ਵਾ, ਇਹ ਫੀਲ ਹੋ ਹੁੰਦੇ ਆ, ਜ਼ਿਆਦਾ ਸਟ੍ਰੈਸ 'ਚ ਹੋ ਜਾਂਦੇ ਆ, ਫਿਰ ਜਿਹੜਾ ਇਹ ਬੇਬੀ ਲੈਣਾ ਵਾ ਉਹਨਾਂ ਲਈ ਜ਼ਿਆਦਾ ਮੁਸ਼ਕਿਲ ਬਣ ਜਾਂਦੀ ਆ ਇਹ ਗੱਲ। ਤਾਂ ਇੱਕ ਤਾਂ ਕੋਈ ਪਹਿਲੀ ਕੋਈ ਜਿਹੜੀ ਹੋਊਗੀ ਕਮੀ, ਫਿਰ ਹੁਣ ਹੋਰ ਜ਼ਿਆਦਾ ਬੰਦੇ ਦੀ ਪਰੇਸ਼ਾਨੀ ਅਤੇ ਚਿੰਤਾ ਕਰਨ ਲੱਗ ਪੈਂਦੇ ਵੀ ਕੋਈ ਮੈਨੂੰ ਕਹਿੰਦਾ ਵੀ ਤੁਹਾਡਾ ਬੱਚਾ ਨਹੀਂ ਹੁੰਦਾ, ਤੁਹਾਨੂੰ ਕੀ ਗੱਲ ਆ, ਚਾਹੇ ਕੋਈ ਸੱਸ ਨੇ ਕਿਹਾ ਜਾਂ ਮਾਂ ਨੇ ਕਿਹਾ ਵੀ, ਹੈ ਨਾ, ਤੁਸੀਂ ਇਹ ਵੀ ਕੰਪੈਸ਼ਨ ਕਰੋ ਵੀ, ਹੈ ਨਾ, ਵੀ ਤੁਸੀਂ ਦੇਖੋ ਵੀ ਕੋਸ਼ਿਸ਼ ਕਰਦੇ ਵੀ ਚਲੋ ਔਰ ਪੋਰ ਜੋ ਕਰੋਗੇ ਫਿਰ ਠੀਕ ਹੀ ਹੋਣਾ ਚਾਹੀਦਾ ਉਸ ਤੋਂ ਬਾਅਦ। ਦੂਜੀ ਗੱਲ ਆਪਣੀ ਇਹ ਵੀ ਹੈ, ਸੋਰੀ ਸਮਝਾ ਕਿ ਜਿਹੜੀ ਸਾਡੀ ਆਪਣੇ ਸੁਣਨ ਵਾਲੇ ਆ ਉਹ ਇੰਡੀਆ ਦੇ ਵਿੱਚ ਵੀ ਬੈਠੇ ਆ, ਪਾਕਿਸਤਾਨ ਦੇ ਵਿੱਚ, ਅਮੈਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਅਤੇ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਕਈ ਵਾਰੀ ਇਹ ਹੈਲਥ ਪ੍ਰੋਬਲਮ ਸੋਸ਼ਲ ਪ੍ਰੋਬਲਮ ਬਣ ਜਾਂਦੀ ਹੈ। ਕਈ ਸੋਚਦੇ ਆ ਕਿ ਜੇ ਸਾਡੀ ਇੱਕ ਲੇਡੀ ਨੇ ਨਹੀਂ ਜਨਮ ਦਿੱਤਾ ਉਹਨੂੰ ਛੇਤੀ ਦਾ ਜੇ ਦੂਜਾ ਵਿਆਹ ਕਰ ਲੈਂਦੇ ਜਾਂ, ਅਤੇ ਜੋ ਦੂਜਾ ਵਿਆਹ ਕਰ ਲੈਂਦੇ ਆ ਫਿਰ ਜਿਹੜੀ ਉਹਨਾਂ ਨੇ ਇੱਕ ਵਾਰੀ ਇਹ ਵੀ ਨਹੀਂ ਦੇਖਿਆ ਕਿ ਬੰਦੇ ਦੇ ਵਿੱਚ ਆ ਕੋਈ ਘਾਟ ਆ ਜਾਂ ਲੇਡੀ ਦੇ ਵਿੱਚ ਘਾਟ ਆ, ਜਾਂ ਅਸੀਂ ਇਹਨਾਂ ਦੀ ਹੈਲਪ ਵੀ ਕਰ ਸਕਦੇ ਹਾਂ। ਸਿੱਧਾ ਉਹਨਾਂ ਨੂੰ ਇਹੀ ਹੈ ਕਿ ਹੁਣ ਇਹਨੂੰ ਪਰੇ ਕਰੋ, ਦੂਜਾ ਵਿਆਹ ਕਰ ਲਓ ਜਾ ਕੇ, ਅਤੇ ਫਿਰ ਉਹਨਾਂ ਨੂੰ ਸੇਮ ਪ੍ਰੋਬਲਮ ਆ ਜਾਂਦੀ ਆ, ਹੈ ਨਾ। ਸੋ ਇਹ ਹੈਲਥ ਪ੍ਰੋਬਲਮ ਸਮਾਜਿਕ ਪ੍ਰੋਬਲਮ ਬਣ ਜਾਂਦੀ ਆ ਜੇ ਆਪਾਂ ਇਹਦੀ ਪੂਰੀ ਅੰਡਰਸਟੈਂਡਿੰਗ ਨਹੀਂ ਕਰੀ। ਇੱਕ ਇੱਦਾਂ ਆਈ ਮੀਨ ਆਈ ਹਰਡ ਅ ਸਟੋਰੀ ਕਿ ਇੱਕ ਬੰਦੇ ਦਾ ਪਹਿਲਾਂ ਵਿਆਹ ਹੋਇਆ ਸੀ, ਨਿਆਣਾ ਨਹੀਂ ਹੁੰਦਾ ਸੀ, ਫਿਰ ਡਿਵੋਰਸ ਕਰਕੇ ਫਿਰ ਵਿਆਹ ਕੀਤਾ। ਇਸ ਬੰਦੇ ਨੇ ਮੈਨੂੰ ਤਾਂ 4 ਵਾਰੀ ਵਿਆਹ ਕੀਤਾ, ਨਰੇ ਉਹਨਾਂ ਨੇ ਕੋਈ ਨਿਆਣਾ ਨਹੀਂ, ਨਰੇ ਕਿਉਂ ਕੋਈ ਨਿਆਣਾ ਨਹੀਂ ਸੀਗਾ, ਫਿਰ ਬਾਅਦ 'ਚ ਉਹਨਾਂ ਨੂੰ ਪਤਾ ਲੱਗ ਗਿਆ ਸੀ ਐਕਚੁਲੀ ਨੁਕਸ ਬੰਦੇ ਦੇ ਵਿੱਚ ਸੀਗੀ। ਐਂਡ ਸੋ ਉਹ ਵਿਚਾਰੀ ਚਾਰ ਕੁੜੀਆਂ ਨੂੰ ਫੋਲਟ ਉਹਨਾਂ ਨੂੰ
ਗਿਣਿਆ ਗਿਆ ਸੀਗਾ, ਪ੍ਰੈਸ਼ਰ ਉਹਨਾਂ ਦੇ ਸਿਰ 'ਤੇ ਪਾਇਆ ਸੀਗਾ, ਜਿਹੜੇ ਉਹ ਚਾਰ ਕੁੜੀਆਂ ਨੂੰ ਫਿਰ ਵਿਆਹ ਨਹੀਂ ਕੀਤੇ ਗਏ ਕਿਉਂਕਿ ਆਲਰੇਡੀ ਉਹਨਾਂ ਦਾ ਵਿਆਹ ਅਤੇ ਡਿਵੋਰਸ ਹੋ ਗਿਆ ਸੀਗਾ। ਸੋ ਇਹ ਬਹੁਤ ਵੱਡੀ ਗੱਲ ਆ ਜਾਂ ਸਾਨੂੰ ਸੋਚਣਾ ਚਾਹੀਦਾ ਕਿ ਘਟਨਾਵਾਂ ਕਿੱਥੇ ਆ, ਪਰ ਇਹ ਨਹੀਂ ਕਿ ਅਸੀਂ ਉਂਗਲੀ ਨੇ ਹੁਣ ਅਸੀਂ ਉਹਦੇ ਉਹਨਾਂ 'ਤੇ ਹੁਣ ਸਾਰਾ ਕੁਛ ਸਾਰਾ ਪਾਰ ਉਹਨਾਂ ਦੇ ਤੁਸੀਂ ਕੰਧਾਂ 'ਤੇ ਪਾਉਣੀਆਂ, ਤੁਸੀਂ ਉਹਨਾਂ ਨੂੰ ਕਿੱਦਾਂ ਕਿੱਦਾਂ ਸਪੋਰਟ ਕਰਨਾ, ਕਿੱਦਾਂ ਸਪੋਰਟ ਕਰਨਾ। ਅਤੇ ਉਹ ਕਹਿੰਦੇ ਵਿਦਿਆ ਵਿਚਾਰੀ ਅਤੇ ਪਰਉਪਕਾਰੀ। ਜੇ ਤੁਸੀਂ ਆਪਣੀ ਸਾਰੀ ਬਾਣੀ ਆਪਣੇ ਵਾਸਤੇ ਆ, ਆਪਣੇ ਆਪਾਂ ਨੂੰ ਇਸਤੇਮਾਲ ਕਰਨ ਵਾਸਤੇ ਆ, ਵੀ ਸ਼ੁੱਡ ਬੀ ਬ੍ਰਿੰਗਿੰਗ ਬਾਣੀ ਇਨ ਟੂ ਆਰ ਡੇਲੀ ਲਾਈਵਸ ਐਂਡ ਯੂਜ਼ਿੰਗ ਇਟ, ਨੋਟ ਜਸਟ ਪੜ੍ਹ ਪੜ੍ਹ ਕੇ ਗੱਦੀ ਲੱਦੀ ਹੈ ਜਿਵੇਂ ਗੱਲ ਹੁੰਦੀ ਹੈ ਨਾ ਕਿ ਪੜ੍ਹ ਪੜ੍ਹ ਕੇ ਉਹਨੂੰ ਰੱਖੀ ਜਾਈਏ, ਵੀ ਨੀਡ ਟੂ ਅਪਲਾਈ ਇਟ। ਸੋ ਦੀ ਐਸਪੈਕਟ ਹੀਅਰ ਇਜ਼ ਦੈਟ ਵੀ ਆਰ ਗੈਟਿੰਗ ਵਿਦਿਆ, ਐਂਡ ਉਹ ਵਿਦਿਆ ਜਦੋਂ ਲਿਆਂਦੀ ਆ ਉਹਦੇ ਨਾਲ ਪਰਉਪਕਾਰ ਕਰੋ, ਦੱਸੋ ਸੰਗਤ ਦੇ ਨਾਲ, ਸ਼ੇਅਰ ਕਰੋ ਸੰਗਤ ਦੇ ਵਿੱਚ, ਜਿਹਦੇ ਨਾਲ ਸੰਗਤ ਦਾ ਸੁਝਾਅ ਹੋ ਸਕੇ। ਹਾਂਜੀ, ਅਰ ਸਿੰਘ ਜਦੋਂ ਭੈਣ ਜੀ ਨੇ ਕਿਹਾ ਤੇ ਜਿਹੜਾ ਹੈਗਾ ਕੰਪੈਸ਼ਨ ਹੋਣਾ ਚਾਹੀਦਾ, ਫਿਰ ਦੋਵੇਂ ਬੰਦੇ ਬੁੜੀ ਦੇ ਵਿੱਚ ਹੈ ਨਾ, ਅਤੇ ਤੁਸੀਂ ਜਿੱਦਾਂ ਕਮਿਊਨਿਟੀ ਨੇ ਵੀ ਸਪੋਰਟਿਵ ਹੋਣਾ ਚਾਹੀਦਾ, ਇਹ ਨਹੀਂ ਵੀ ਇਹ ਨਿਆਣੇ ਨਹੀਂ ਹੁੰਦੇ ਚੱਲ ਠੀਕ ਹੈ ਉਹਨਾਂ ਨੇ ਫਿਰ ਵਿਆਹ ਕਰ ਲਿੱਤੇ, ਇਹ ਜੇ ਅਸੀਂ ਇਹ ਕੰਮ ਹਟਾਉਂਗੇ ਤਾਂ ਇਹ ਹਟਣਾ ਹੈ ਨਾ। ਇਹ ਨਹੀਂ ਵੀ ਇਹ ਠੀਕ ਆ ਵੀ ਇਹਨਾਂ ਵੀ, ਤੁਸੀਂ ਦੇਖੋ ਕਿਸੇ ਦੇ ਧੀ ਭੈਣ ਜਾਂ ਜਿੱਦਾਂ ਵੀ ਹੈਗਾ ਆ ਇਹ ਵੀ ਇੰਪੈਕਟ ਹੋ ਰਿਹਾ ਆ, ਤਾਂ ਅਸੀਂ ਸਪੋਰਟਿਵ ਹੋਣੀ ਚਾਹੀਦੀ ਕਮਿਊਨਿਟੀ 'ਤੇ। ਹਾਂਜੀ, ਓਕੇ ਭੈਣ ਜੀ, ਸੋ ਅਸੀਂ ਗੱਲ ਕਰਦੇ ਸੀ ਕੋਜ਼ਿਸ ਬਾਰੇ, ਸੋ ਮੈਂ ਹੁਣ ਤੁਹਾਨੂੰ ਦੂਜੀ ਡਾਇਗ੍ਰਾਮ 'ਤੇ ਲੈ ਕੇ ਚੱਲ ਜਾਂਦੀ ਹਾਂ। ਪਹਿਲਾਂ ਅਸੀਂ ਵੂਮੈਨ ਦੇ ਕੋਜ਼ਿਸ ਕਰੂੰਗੇ, ਫਿਰ ਅਸੀਂ ਬੰਦਿਆਂ ਦੇ ਕੋਜ਼ਿਸ ਐਕਸਪਲੇਨ ਕਰੂੰਗੇ। ਸੋ ਜਿੰਨਾ ਵੂਮੈਨ ਦੇ ਕੋਜ਼ਿਸ ਦੇ ਵਿੱਚ ਰੀਅਲੀ ਅਸੀਂ ਵਾਪਸ ਜਾਂਦੇ ਹਾਂ ਕਿ ਸਾਡੇ ਕੀ ਤਿੰਨ ਸਿਸਟਮ ਆ। ਪਹਿਲੇ ਪ੍ਰੋਬਲਮ ਹੋ ਸਕਦੀਆਂ ਜਿਹੜਾ ਸੈਕ ਹੁੰਦਾ ਵਾ ਜਿੱਥੇ ਆਂਡੇ ਪੈਦਾ ਬਣਦੇ ਆ, ਪਹਿਲਾਂ ਉਹਨਾਂ ਦਾ ਇੱਕ ਪ੍ਰੋਬਲਮ ਹੋ ਸਕਦਾ ਵਾ। ਉਹ ਇੱਕ ਹੁੰਦਾ ਵਾ ਸਾਹਮਣੇ ਖੋਟ PCOS ਪੋਲੀਸਿਸਟਿਕ ਓਵੇਰੀਅਨ ਸਿੰਡਰੋਮ। ਬਹੁਤ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਨਾ ਕੁੜੀਆਂ ਨੂੰ ਇਹ ਹੈਗੀ ਆ ਪ੍ਰੋਬਲਮ, ਜਿਹਦੇ 'ਚ ਜਿਹੜੇ ਤੁਹਾਡਾ ਓਵਰੀਆਂ ਤੇ ਸਿਸਟ ਹੁੰਦੇ ਆ, ਅਤੇ ਦੂਜੇ ਸਿਮਟਮ ਇਹ ਹੁੰਦੇ ਆ ਕਿ ਕਾਫੀ ਬਾਲ ਤੁਹਾਡੇ ਬਣਦੇ ਆ ਮੂੰਹ 'ਤੇ ਜਾਂ ਸਰੀਰ ਦੇ ਵਿੱਚ, ਤੁਹਾਡੇ ਨੂੰ ਐਕਨੀ ਹੁੰਦੀ ਆ ਜਿੰਨਾ ਸਪੋਟਸ ਦਾਣੇ ਦਾਣੇ ਜਿੱਦਾਂ ਮੂੰਹ 'ਤੇ ਜਾਂ ਪਿੱਠ 'ਤੇ ਛਾਤੀ 'ਤੇ, ਜਿਹੜੇ ਤੁਹਾਡੇ ਪੀਰੀਅਡ ਹੁੰਦੇ ਆ ਉਹ ਹਰ ਰੋਜ਼ ਨਹੀਂ ਹੁੰਦੇ, ਵੰਸ ਅ ਮੰਥ ਨਹੀਂ ਹੁੰਦੇ, ਇੱਕ ਵਾਰੀ ਮਹੀਨੇ ਦੇ ਵਿੱਚ ਰੁਕ ਰੁਕ ਕੇ ਆਉਂਦੇ ਆ, ਰੁਕ ਰੁਕ ਕੇ ਆਉਂਦੇ ਆ, ਜੇ ਹੁੰਦੇ ਆ ਤਾਂ ਕਈ ਵਾਰੀ ਬੰਦ ਨਹੀਂ ਹੁੰਦੇ। ਹਾਂਜੀ, ਤੇ ਨਾਲੇ ਇਹ ਜੇ ਤੁਹਾਡੇ ਕੋਲ ਸਿਮਟਮ ਹੈਗੇ ਆ, ਨਾਲੇ ਪੰਜਾਬੀਆਂ 'ਚ ਇਹ ਕੰਡੀਸ਼ਨ ਜ਼ਿਆਦਾ ਹੁੰਦੀ ਆ, ਤੁਸੀਂ ਪਲੀਜ਼ ਆਪਣੀ GP ਖੁੱਲ ਜਾਓ। ਅਤੇ ਕਈ ਲੋਕ ਜਿੰਨਾ ਉਹਨਾਂ ਕੋਲ ਇਹ ਕੰਡੀਸ਼ਨ ਹੈਗੀ ਆ, ਮੈਨੂੰ ਕਹਿੰਦੇ ਆ ਮੇਰੇ ਕੋਲ ਨਿਆਣਾ ਹੋਣਾ ਕਿ ਨਹੀਂ, ਨਾਲੇ ਰੀਅਲੀ ਲਾਈਕ I've had ਮੇਰੇ ਕੋਲ ਇੱਕ ਪੇਸ਼ੈਂਟਸ ਵੀ ਆਏ ਸੀਗੇ ਜਿਨ੍ਹਾਂ ਨੂੰ ਇੱਕ ਡਾਕਟਰ ਨੇ ਉਹਨੂੰ ਕਿਹਾ ਸੀਗਾ 20 ਸਾਲ ਪਹਿਲਾਂ ਕਿ ਨਹੀਂ ਤੁਹਾਡਾ ਕੋਈ ਬੱਚਾ ਨਹੀਂ ਹੋਣਾ, ਪਰ ਇਟਸ ਕੰਪਲੀਟਲੀ ਰੋਂਗ, ਯੂ ਨੋ, ਉਹਨਾਂ ਨੂੰ ਬੱਚਾ ਹੋਇਆ ਸੀਗਾ, ਹੈਲਥੀ ਨਿਆਣੇ ਹੁੰਦੇ ਆ ਜਿਨ੍ਹਾਂ ਕੋਲ ਇਹ ਕੰਡੀਸ਼ਨ ਹੈ ਨੈਚੁਰਲੀ। ਸੋ ਡੋਂਟ ਬੀ ਵਰੀ, ਡੋਂਟ ਫੀਲ ਪ੍ਰੈਸ਼ਰਡ ਕਿ ਇਹ ਹੋਣ ਲੱਗਾ ਜਾਂ ਨਹੀਂ ਹੋਣ ਲੱਗਾ, ਪਰ ਇਹ ਇੱਕ ਕੰਡੀਸ਼ਨ ਹੋ ਗਈ। ਕਈ ਪੀਪਲ ਆਪਣੇ ਸੰਗਤ ਸੁਣਦੀ ਆ, ਮੈਂ ਥੋੜ੍ਹਾ ਜਿਹਾ ਜਿਵੇਂ ਆਪਣੇ ਹਿਸਾਬ ਦੇ ਨਾਲ ਦੱਸਦੇ ਕਿ ਉਹ ਕਹਿੰਦੇ ਆ ਕਿ ਚੁੱਪ ਚੁੱਪ ਕਰ ਜਾ, ਦੱਸ ਨਾ ਸਾਨੂੰ ਕਿ ਤੈਨੂੰ ਕੁਛ ਹੋਇਆ, ਤੇਰਾ ਵਿਆਹ ਨਹੀਂ ਹੋਣਾ, ਤੇਰਾ ਵਿਆਹ ਹੀ ਨਹੀਂ ਕਿਵੇਂ ਕਰਾਂਗੇ। ਜੇ ਬੰਦਿਆਂ ਨੂੰ ਪਹਿਲਾਂ ਪਤਾ ਲੱਗ ਗਿਆ ਕਿ ਤੇਰੇ ਕੋਲ ਇਹ ਪ੍ਰੋਬਲਮ ਆ ਪੋਲੀਸਿਸਟਿਕ ਓਵੇਰੀਅਨ ਜਾਂ ਤੂੰ ਹੋਰ ਵੀ, ਤੇਰਾ ਵਿਆਹ ਕਿੱਥੇ ਕਰਾਂਗੇ, ਕਿਉਂਕਿ ਆਪਣੇ ਸਮਾਜ ਦੇ ਵਿੱਚ ਹਾਲੇ ਵੀ ਉਂਗਲੀ ਚੱਕਣ ਦੀ ਗੱਲ ਚੱਲਦੀ ਬਹੁਤ ਜ਼ਿਆਦਾ ਆ, ਹੈ ਨਾ। ਅਤੇ ਆਪਾਂ ਉਹ ਬੀਬੀਆਂ ਨੂੰ ਦੱਸ ਰਹੇ ਹਾਂ, ਉਹ ਫੈਮਲੀਆਂ ਨੂੰ ਦੱਸ ਰਹੇ ਹਾਂ ਕਿ ਇਹ ਗੱਲ ਨੂੰ ਛਪਾਓ ਨਾ, ਤੁਸੀਂ ਜਾ ਕੇ ਸੈਂਸਿਟਿਵਲੀ ਕੌਨਫੀਡੈਂਸ਼ਲੀ ਆਪਦੇ GP ਦੇ ਨਾਲ ਗੱਲ ਕਰੋ। GP ਆਪਣੇ ਸੋਹਣੇ ਬੈਠੇ ਹੀ ਉਵੇਂ ਆ ਕਿ ਇਹ ਜੇ ਗੱਲਾਂ ਸੁਣ ਕੇ ਤੁਹਾਨੂੰ ਸਹੀ ਸੁਝਾਅ ਦੇ ਸਕਦੇ ਆ, ਹੈ ਨਾ। ਕਈ ਆਪਣੇ ਇਹ ਵੀ ਕਰਦੇ ਆ ਨਾ, ਮੈਂ ਤੁਹਾਨੂੰ ਥੋੜ੍ਹਾ ਜਿਹਾ ਜਿਵੇਂ ਆਈ ਨੋ ਇਸ ਅਵੇ ਫਰੋਮ ਫਰਟੀਲਿਟੀ, ਮੈਂ ਅੱਖਾਂ ਦੇ ਓਪਰੇਸ਼ਨ ਕਰਦੇ ਹੁੰਦੇ ਆ ਨਾ, ਨਿਆਣਿਆਂ ਦੀ ਮੈਂ ਅੱਖ ਦੇਖੀ, ਉਹ 2 ਸਾਲ ਦੀ ਨਿਆਣੀ ਨੂੰ ਲੈ ਕੇ ਆਏ, ਮੈਂ ਕਿਹਾ ਇਹਦੀ ਐਂਕਾਂ ਪੈਣੀਆਂ। ਉਹ ਮੈਨੂੰ ਸਿਰ ਸਿੱਧਾ ਆਪਣੇ ਹੀ ਲੋਕ ਸੀ, ਉਹ ਪਹਿਲਾਂ ਕਹਿਣ ਲੱਗੇ ਇਹਦਾ ਵਿਆਹ ਕਿਵੇਂ ਹੋਊਗਾ, ਮੈਂ ਕਿਹਾ ਪਹਿਲਾਂ 2 ਸਾਲ, ਮੈਂ ਕਿਹਾ 2 ਸਾਲ ਦੀ ਆ, ਪਹਿਲਾਂ ਇਹਨੂੰ ਦਿਸਣਾ ਤਾਂ ਚਾਹੀਦਾ ਨਾ ਕਿਸੇ ਨੇ ਵਿਆਹ ਕਰਨਾ ਇਹਦਾ, ਹੈ ਨਾ। ਸੋ ਗੱਲ ਆਪਣੀ ਐਗਜ਼ਾਮਪਲ ਇਹ ਆ, ਉਹ ਪਹਿਲਾਂ ਦਿਸਣਾ ਸਹੀ ਕਿ ਕਿਸੇ ਨੇ ਵਿਆਹ ਕਰਨਾ। ਸੋ ਆਪਣੇ ਸਮਾਜ ਦੇ ਵਿੱਚ ਇਹ ਜਿਹੜੀ ਐਜੂਕੇਸ਼ਨ ਆ ਰੀਅਲੀ ਇੰਪੋਰਟੈਂਟ। ਸੋ ਸੌਰੀ, ਆਈ ਟੁੱਕ ਦੈਟ ਅਪੋਨ ਅਵੇ ਬੈਕ ਟੂ ਫਰਟੀਲਿਟੀ। ਬਾਸ਼ੀ, ਕੈਨ ਵੀ ਜਸਟ ਆਲਸੋ ਕਵਰ 5 ਪੁਆਇੰਟਸ ਐਸ ਵੈਲ? ਯਾ, ਹਾਂਜੀ, ਵੀ ਆਰ ਗੋਇੰਗ ਟੂ ਗੋ ਥਰੂ ਆਲ ਆਫ ਦੈਟ। ਸੋ ਆਫਟਰ ਜਿਹੜੇ ਓਵਰੀ ਦੇ ਵਿੱਚ ਇਵਨ ਥਾਇਰੋਇਡ ਪ੍ਰੋਬਲਮਸ ਵੀ ਪ੍ਰੋਬਲਮ ਕਰ ਸਕਦੇ ਆ। ਸੋ ਥਾਇਰੋਇਡ ਇੱਥੇ ਇੱਕ ਗਲੈਂਡ ਹੁੰਦਾ ਵਾ, ਮੈਂ ਹਮੇਸ਼ਾ ਇਹਦਾ ਸਮਝਾ ਪੈਟਰੋਲ ਵਾਂਗੂ ਸੋਚਦੀ ਹਾਂ ਗੱਡੀ ਦੇ ਵਿੱਚ, ਜੇ ਪੈਟਰੋਲ ਕੱਟ ਹੁੰਦਾ
ਜਿੰਨਾ ਇੱਥੇ ਤੋਂ ਘੱਟ ਤੁਹਾਨੂੰ ਇਹ ਹੋਰਮੋਨ ਮਿਲਦਾ, ਇਹਦਾ ਮਤਲਬ ਤੁਸੀਂ ਸਟਾਰਟ ਸਲੋਇੰਗ ਡਾਊਨ ਕਰਦੇ ਆ। ਤੁਸੀਂ ਜਿੰਨਾ ਜਿੰਨਾ ਗੱਡੀ ਚ ਸਲੋ ਤੇ 20 ਮੀਲ ਤੇ ਜਾਂਦੀ ਆ ਜਦੋਂ 80 ਮਾਈਲਸ ਪਰ ਆਵਰ ਜਾਣੀ ਚਾਹੀਦੀ ਆ, ਤੇ ਕੀ ਹੁੰਦਾ, ਕੌਨਸਟੀਪੇਸ਼ਨ ਹੁੰਦਾ ਵਾ, ਸਕਿਨ ਥੋੜ੍ਹੀ ਡਰਾਈ ਹੁੰਦੀ ਆ, ਤੁਸੀਂ ਥੋੜੇ ਪੀਰੀਅਡਸ ਵੀ ਘੱਟ ਜਾਂਦੇ ਆ, ਜਿੰਨਾ ਜਦੋਂ ਤੁਹਾਨੂੰ ਠੰਡ ਵੀ ਕਾਫੀ ਲੱਗਦੀ ਆ। ਸੋ ਅਗੇਨ ਜਦੋਂ ਇਹ ਜੇ ਤੁਹਾਡੇ ਕੋਲ ਸਿਮਟਮਸ ਹੈਗੇ ਆ, ਤੁਸੀਂ ਜਿਸ ਆਪਣੇ GP ਨੂੰ ਦੇਖੋ, ਉਹ ਤੁਹਾਨੂੰ ਜਿੰਦਾ ਇਹ ਪੈਟਰੋਲ ਜ਼ਿਆਦਾ ਇੱਕ ਦਵਾਈ ਹੁੰਦੀ ਆ, ਜ਼ਿਆਦਾ ਪੈਟਰੋਲ ਤੁਸੀਂ ਆਪਣੇ ਬੋਡੀ ਦੇ ਵਿੱਚ ਪਾਉਂਦੇ ਆ, ਫਿਰ ਸਾਰਾ ਕੁਛ ਨੋਰਮਲ, ਥੋੜ੍ਹੀ ਸਪੀਡ ਲਿਮਿਟ ਜਾ ਕੇ ਡਰਾਈਵਿੰਗ ਨੋਰਮਲ ਨੋਰਮਲ ਹੁੰਦੀ। ਇਹ ਵੀ ਚੀਜ਼ ਜਿੱਦਾਂ ਜਦੋਂ ਕਹਿੰਦੇ ਭੈਣ ਜੀ ਡਾਕਟਰ ਨੂੰ ਜਾਣਾ, ਬਲੱਡ ਟੈਸਟ ਦੇ ਨਾਲ ਸਭ ਕੁਛ ਦੇਖ ਸਕਦੇ, ਸਿੰਪਲ ਸਟ੍ਰੇਟ ਫੋਰਵਰਡ ਪ੍ਰੋਸੀਜਰ। ਐਗਜੈਕਟਲੀ। ਅੱਛਾ, ਦਾ ਨੈਕਸਟ ਪੇ ਇਜ਼ ਜਿਹੜਾ ਇਹ ਟਿਊਬ ਆ, ਤੇ ਇਹ ਟਿਊਬ ਦੇ ਕਦੀ ਕਦੀ ਪ੍ਰੋਬਲਮਸ ਹੁੰਦੀਆਂ ਕਿ ਇੱਥੇ ਬਲੋਕੇਜ ਹੋ ਸਕਦੀ ਆ, ਤੇ ਇਹ 2 ਮੇਨ ਕੰਡੀਸ਼ਨਸ ਜਿਹੜੇ ਇਹ ਕੋਜ਼ ਕਰ ਸਕਦੇ, ਸਮੇਂ ਖੁਦ ਐਂਡੋਮੀਟ੍ਰੀਓਸਿਸ, ਇਹਦਾ ਮਤਲਬ ਇਹ ਆ ਕਿ ਜਿਹੜਾ ਬੱਚਾਦਾਨੀ ਦਾ ਜਿਹੜਾ ਖੂਨ ਦਾ ਲਾਈਨਿੰਗ ਨਹੀਂ, ਮੈਂ ਕਹਿੰਦੀ ਸੀ ਕਿ ਕੰਬਲ, ਕਦੇ ਕਦੇ ਇਹ ਕੰਬਲ ਨਾ ਬੱਚਾਦਾਨੀ ਤੋਂ ਬਾਹਰ ਵੀ ਹੋ ਸਕਦਾ, ਤੁਹਾਡੇ ਢਿੱਡ ਦੇ ਵਿੱਚ ਹੋ ਸਕਦਾ, ਟਿਊਬਾਂ 'ਤੇ ਹੋ ਸਕਦਾ, ਓਵਰੀ ਦੇ ਉੱਪਰ ਹੋ ਸਕਦਾ, ਅਤੇ ਕਦੀ ਕਦੀ ਇਹਦੇ ਨਾਲ ਇਹ ਬਲੋਕ ਹੋ ਜਾਂਦਾ। ਇਹਦੇ ਸਿਮਟਮਸ ਆਹ ਹੁੰਦੇ ਆ ਜਿੰਦਾ ਤੁਹਾਡੇ ਜਿਹੜੇ ਪੀਰੀਅਡ ਹੁੰਦੇ ਆ ਕਾਫੀ ਪੇਨਫੁਲ ਆ, ਜਦੋਂ ਤੁਸੀਂ ਆਪਣੇ ਹਸਬੈਂਡ ਦੇ ਨਾਲ ਬੇਬੀ ਬਣਾਉਂਦੇ ਆ ਉਹ ਕਾਫੀ ਪੇਨਫੁਲ ਹੁੰਦਾ, ਜਦੋਂ ਈਵਨ ਤੁਸੀਂ ਟੋਇਲਟ ਵੀ ਜਾਂਦੇ ਆ ਉਹ ਵੀ ਤੁਹਾਡੇ ਲਈ ਕਾਫੀ ਪੇਨਫੁਲ ਹੋ ਸਕਦਾ। ਸੋ ਜਸ ਕੀਪ ਦੋਸ ਉਹ ਸਿਮਟਮਸ ਆਪਣੇ ਮਨ ਦੇ ਵਿੱਚ ਰੱਖ ਲਓ, ਜਿਹੜੇ ਕਦੀ ਜਿਸ ਢਿੱਡ ਦੇ ਵਿੱਚ ਵੀ ਜਨਰਲ ਪੇਨ ਵੀ ਹੋ ਸਕਦੀ ਆ, ਇਹ ਜੇ ਤੁਹਾਡੇ ਕੋਲ ਸਿਮਟਮਸ ਹੈਗੇ ਆ, ਅਗੇਨ ਤੁਸੀਂ ਆਪਣੇ GP ਨੂੰ ਡੈਫੀਨਲੀ ਦੇਖੋ। ਜਿਹੜੀ ਹੈਵੀ ਪੀਰੀਅਡਸ ਦੀ ਗੱਲ ਆ, ਆਪਣੀ ਜਿਵੇਂ ਪਹਿਲਾਂ ਤਾਂ ਗੱਲ ਕਰਨੀ ਚਾਹੀਦੀ ਆ, ਆਪ ਜਿਹਨਾਂ ਕੋਲ ਮਾਵਾਂ ਆ ਜਾਂ ਸੀਨੀਅਰ ਲੇਡੀਜ਼ ਹੈਗੇ ਆ ਘਰ ਦੇ ਵਿੱਚ, ਉਹ ਗੱਲ ਸਕੀ, ਕਈਆਂ ਦੇ ਹੈਵੀ ਪੀਰੀਅਡ ਹੋ ਜਾਂਦੇ ਆ, ਅਤੇ ਵੈਨ ਇਜ਼ ਦਾ ਕੰਸਰਨ, ਕੋਈ ਕਈ ਕਹਿੰਦੇ ਕਿ ਮਾਂ ਦੇ ਵੀ ਹੈਵੀ ਪੀਰੀਅਡ ਸੀਗੇ, ਫਿਰ ਬੱਚੀ ਦੇ ਵੀ ਹੈਵੀ ਪੀਰੀਅਡ ਹੈ, ਸੋ ਸਮਟਾਈਮਸ ਦੀ ਸਟ੍ਰਿੰਗਸ ਰਨ ਇਨ ਫੈਮਿਲੀਜ਼, ਹੈ ਨਾ। ਸੋ ਦੈਟਸ ਅ ਹੋਲ ਡਿਫਰੈਂਟ ਪ੍ਰੋਗਰਾਮ, ਬਟ ਆਈ ਮੀਨ ਇਹਨੂੰ ਕੋਲ ਕਰਦੇ ਮੈਨੋਰੇਜੀਆ, ਇਹਦਾ ਮਤਲਬ ਇਹ ਆ ਹੈਵੀ ਪੀਰੀਅਡਸ ਐਂਡ ਇਜ਼ ਅ ਹਾਊ ਟੋਕ ਇਨ ਇਹ ਉਹ ਆਪਾਂ ਫੇਰ ਕਰਾਂਗੇ। ਬਟ ਵਨ ਥਿੰਗ ਆਈ ਵੁੱਡ ਸੇ ਇਜ਼ ਵਨ ਆਫ ਦ ਰੀਜ਼ਨਸ ਕਿ ਤੁਹਾਡੇ ਕੋਲ ਹੈਵੀ ਪੀਰੀਅਡ ਹੋ ਸਕਦਾ ਤੇ ਫਰਟੀਲਿਟੀ ਪ੍ਰੋਬਲਮ ਵੀ ਹੋ ਸਕਦੀ ਆ, ਇਸ ਪੈਂਜੀ ਨੇ ਇੱਕ ਗੱਲ ਕਹੀ ਸੀ ਫਾਈਬਰੋਇਡਸ, ਸੋ ਦੈਟ ਬ੍ਰਿੰਗਸ ਬੋਥ ਆਫ ਯੂਰ ਕਮੈਂਟਸ ਇਨ ਟੂ ਪਲੇ, ਐਂਡ ਇਹ ਬੱਚੇਦਾਨੀ ਦੇ ਵਿੱਚ ਇਹ ਪ੍ਰੋਬਲਮ ਹੁੰਦੀਆਂ ਅਲਟਰੋਰੇ, ਇੱਥੇ ਤੱਕ ਜਿੰਨਾ ਛੋਟੀ ਜਿਹੀਆਂ ਗਿਲਟੀਆਂ ਬਣ ਜਾਂਦੀਆਂ ਜਿਹੜੇ ਬੱਚੇਦਾਨੀ ਦੇ ਵਿੱਚ, ਤੇ ਇਹ ਹੋ ਜਾਂਦਾ ਵਾ, ਇਹ ਕੋਈ ਬੁਰੀ ਚੀਜ਼ ਨਹੀਂ ਹੈਗੀ, ਕੈਂਸਰਸ ਚੀਜ਼ ਨਹੀਂ ਹੈਗੀ, ਪਰ ਇਹ ਕਦੀ ਕਦੀ ਹੈਵੀ ਪੀਰੀਅਡ ਵੀ ਕਰ ਸਕਦੇ ਆ ਤੇ ਫਰਟੀਲਿਟੀ ਪ੍ਰੋਬਲਮ ਵੀ ਕਰ ਸਕਦੇ ਆ। ਸੋ ਦੈਟਸ ਅ ਗੁੱਡ ਵੇ ਆਫ ਜਸਟ ਸ਼ੋਇੰਗ ਯੂ ਕਿ ਕਿੱਥੇ ਕੁ ਪ੍ਰੋਬਲਮਸ ਹੋ ਸਕਦੀਆਂ ਆ ਫਰਟੀਲਿਟੀ ਦੇ ਵਿੱਚ ਬੁਰੀਆਂ। ਐਗਜੈਕਟਲੀ, ਤੇ ਹੁਣ ਬੰਦਿਆਂ ਵਾਸਤੇ, ਨਾਲੇ ਅਸੀਂ ਭੁੱਲ ਜਾਂਦੇ ਹਾਂ ਪਰ ਬੰਦਿਆਂ ਨੂੰ ਵੀ ਪ੍ਰੋਬਲਮਸ ਹੋ ਸਕਦੀਆਂ, ਬੰਦਾ ਨਾਲੇ ਬੁਰੀ ਚਾਹੀਦਾ ਬੇਬੀ ਦੇ ਨਾਲ। ਐਗਜੈਕਟਲੀ, ਇਹ ਬਾਇਓਲੋਜੀ ਦੀ ਕਲਾਸ ਵੀ ਹੈਗੀ ਆ, ਪਰ ਕਈ ਆਪਣੇ ਜਿਹੜੇ ਦੂਜਿਆਂ, ਮੈਨੂੰ ਵੀ ਲੱਗਦਾ ਹੈ ਕਿ ਮੋਸਟ ਕੰਟਰੀਆਂ ਦੇ ਵਿੱਚ ਬਾਇਓਲੋਜੀ ਐਜੂਕੇਸ਼ਨ ਹੁੰਦੀ ਆ, ਆਈ ਡੋਂਟ ਨੋ ਹਾਊ ਗੁੱਡ ਇਟ ਇਜ਼, ਪਰ ਆਪਾਂ ਨੂੰ ਇਹ ਹੋਣਾ ਚਾਹੀਦਾ ਕਿ ਇਹ ਆਪਣੇ ਵਾਸਤੇ ਟੀਚਿੰਗ ਵੀ ਮਿਲ ਰਹੀ ਹੈ, ਸੋ ਇਟਸ ਰੀਲੀ ਗੁੱਡ। ਹਾਂਜੀ, ਸੋ ਜਿਹੜੇ ਬੰਦਿਆਂ ਨੂੰ ਪ੍ਰੋਬਲਮਸ ਹੁੰਦੀਆਂ, ਇਸ ਮੇਨਲੀ ਜਿਹੜਾ ਪਾਣੀ ਨਿਕਲਦਾ ਵਾ ਬੰਦਿਆਂ ਤੋਂ, ਸਪਰਮ ਅਸੀਂ ਉਹਨੂੰ ਕੋਲ ਕਰਦੇ ਹਾਂ, ਉਹਨਾਂ 'ਚ ਜ਼ਿਆਦਾ ਪ੍ਰੋਬਲਮ ਹੁੰਦੀ ਆ। ਬਿੰਦ ਵੀ ਕਹਿ ਦਿੰਦੇ ਕਿਸ ਤਰ੍ਹਾਂ ਆਪਣੇ ਸਮਾਜ ਦੇ ਵਿੱਚ ਨਾ, ਬਿੰਦ ਜਾਂ ਸਪਰਮ, ਹੈ ਨਾ। ਕਦੀ ਕਦੀ ਉਹ ਕਾਉਂਟ ਲੋ ਹੋ ਸਕਦਾ ਵਾ, ਕਦੀ ਕਦੀ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ, ਮੂਵ ਨਹੀਂ ਕਰਦੇ ਚੰਗੀ ਤਰ੍ਹਾਂ, ਜਾਂ ਉਹਨਾਂ ਦੇ ਖੁਦ ਉਹ 'ਚ ਖੋਜ ਹੈਗੀ ਆ, ਕੋਈ ਪ੍ਰੋਬਲਮ ਹੈਗੀ ਆ। ਕਦੀ ਕਦੀ ਟੈਸਟੀਕਲ ਦੇ ਵਿੱਚ ਜਿਹੜੇ ਹੈਗੀਆਂ ਵਾ ਟੈਸਟੀਕਲਸ, ਅਸੀਂ ਜਿਹੜਾ ਪ੍ਰੋਸਟੇਟ ਕੈਂਸਰ ਦਾ ਪ੍ਰੋਗਰਾਮ ਕੀਤਾ ਸੀ, ਟੈਸਟੀਕਲ ਵੀ ਪ੍ਰੋਬਲਮਸ ਹੋ ਸਕਦੀਆਂ, ਲੰਪ ਪੈ ਸਕਦੇ ਆ, ਜਾਂ ਈਵਨ ਅਸੀਂ ਕਹਿੰਦੇ ਹਾਂ ਬਹੁਤਾ ਵੋਮ ਨਹੀਂ ਹੋਣਾ ਚਾਹੀਦਾ ਜਿਹੜੇ ਟੈਸਟੀਕਲਸ ਹੈਗੇ ਆ ਜਿੱਥੇ ਤੋਂ ਪਾਣੀ ਬਣਦਾ ਆ, ਕਰਕੇ ਉਹ ਜਿਹੜਾ ਟੈਂਪਰੇਚਰ ਥੋੜ੍ਹਾ ਲੋਅਰ ਹੋਣਾ ਚਾਹੀਦਾ ਵਾ। ਸੋ ਫੋਰ ਐਗਜ਼ਾਮਪਲ ਜੇ ਜਿਹੜੇ ਬੰਦੇ ਕਾਫੀ ਹੀਟ ਦੇ ਨਾਲ ਬੈਠੇ ਹੁੰਦੇ ਆ, ਈਵਨ ਲੈਪਟੋਪਸ ਔਨ ਯੋਰ lapped for too long, that heats your testicles up. Tight pants as well. Yeah. There's not a lot of evidence, but I definitely think that it's important to mention ke tight pants. Guruji ne, apanu Vaheguru ne na, eh ji body ditti hai, jide vich sara kuch reason hai ohdi. Jadon bande di jehde oh testicles ah, kyun low hunde ah? Kyun oh body to bahar hunde ah? Kyunki ohna de 1-2 degree thodi body temperature to thalle hone chahide ah. So Malik ne jehda kuch banaya na, ਉਹ ਬਿਲਕੁਲ ਸਹੀ ਆ ਅਤੇ ਸੱਚ ਆ। ਆਪਾਂ ਆਪ ਕਿਸ ਟਾਈਮ ਸੋਚਣ ਲੱਗ ਜਾਂਦੇ ਹਾਂ
ਕਿ ਇੱਥੋਂ ਆਹ ਘੱਟ ਦਿੰਦੇ ਆ, ਇੱਥਾਂ ਆਹ ਕਰ ਦਿੰਦੇ ਆ, ਚੀੜਾ ਪਾੜੀ ਕਰ ਦਿੰਦੇ ਆ। ਹੁਣ ਬਾਲਾਂ ਦੀ ਤਾਂ ਹੋਰ ਇੱਕ ਚੀਜ਼ ਆ, ਪਰ ਉਹ ਕਹਿੰਦੇ ਆ ਕਿ ਬਾਲਾਂ ਦੇ ਵਿੱਚ ਵੀ ਨਾ ਆਟੋ ਰੈਗੂਲੇਸ਼ਨ ਇਹਨਾਂ ਦੀ ਆਪਦੀ ਆ। ਜੇ ਤੁਸੀਂ ਬਾਲ ਨੂੰ ਕਤਲ ਕਰਦੇ ਆ, ਉਹ ਬਾਲ ਤੁਹਾਡੀ ਹੀਟ ਐਕਸਚੇਂਜ ਆਟੋ ਰੈਗੂਲੇਸ਼ਨ ਨਹੀਂ ਕਰ ਸਕਦਾ ਠੀਕ ਤਰ੍ਹਾਂ। ਸੋ ਮਾਲਕ ਨੇ ਦਿੱਤਾ ਆਪਾਂ ਨੂੰ ਬਹੁਤ ਸੋਚ ਸਮਝ ਕੇ ਆ, ਪਰ ਆਪਾਂ ਕਿਸੇ ਟਾਈਮ ਉਹਦੀ ਕਦਰ ਨਹੀਂ ਕਰਦੇ। ਸੋ ਬਟ ਦੈਟਸ ਅ ਡਿਫਰੈਂਟ ਸ਼ੋਅ, ਵੀਲ ਕਮ ਬੈਕ ਟੂ ਦੈਟ। ਕਮਿੰਗ ਬੈਕ ਟੂ ਫਰਟੀਲਿਟੀ, ਅਨਦਰ ਥਿੰਗ ਕਿ ਜਿਹੜੇ ਬੰਦਿਆਂ ਨੂੰ ਜਿਹੜੇ ਟ੍ਰੇਨ ਕਰਦੇ ਆ ਮਸਲਸ ਬਣਾਉਂਦੇ ਆ, ਸਟੀਰੋਇਡਸ, ਯੈਸ, ਸੋ ਸਟੀਰੋਇਡਸ, ਇਫ ਯੂ ਆਰ ਟੇਕਿੰਗ ਸਟੀਰੋਇਡਸ, ਆਈ ਕੈਨ ਰੀਅਲੀ ਸੇ ਯੂ ਡੋਨਟ ਨੀਡ ਥੈਮ ਬਿਕਾਜ਼ ਯੂ ਕੈਨ ਮੇਕ ਯੂਰ ਬੋਡੀ ਬੈਟਰ ਵਿਦਆਊਟ ਇਟ, ਬਟ ਆਲਸੋ ਸਟੀਰੋਇਡਸ ਜਿਹੜੇ ਹੈਗੇ ਆ ਹੈਜ਼ ਅ ਮੇਜਰ ਇਫੈਕਟ ਔਨ ਫਰਟੀਲਿਟੀ ਦੈਟ ਪੀਪਲ ਡੋਨਟ ਰੀਅਲਾਈਜ਼, ਐਜ਼ ਵੈਲ ਐਜ਼ ਯੂਰ ਹਾਰਟ ਟੂ ਬੀ ਓਨੈਸਟ ਵਿਦ ਯੂ। ਮੇਰਾ ਇੱਕ ਪੇਸ਼ੈਂਟ ਜਦੋਂ ਮੈਂ ਸੇਂਟ ਪੀਟਰਸ 'ਚ ਕੰਮ ਕਰਦੀ ਸੀਗੀ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ, ਸਟੀਰੋਇਡਸ ਨੇ ਇੰਨੀਆਂ ਲੈ ਲਿਆ ਸੀ ਕਿ ਉਹਨੂੰ ਹਾਰਟ ਅਟੈਕ ਹੋ ਗਿਆ ਸੀਗਾ। ਸੋ ਰੀਅਲੀ ਸਟੀਰੋਇਡਸ ਵੀ, ਪਰ ਆਪਣੇ ਵਾਸਤੇ ਐਲਕੋਹੋਲ, ਉਹਨੂੰ ਖਰਾਬ ਕਰਦਾ ਆ, ਉਹਨੂੰ ਡਿਸਟੋਰਟ ਕਰਦਾ ਆ, ਡਿਸਮੋਫਿਕ ਲੋ ਸਪਰਮ ਕਾਊਂਟ। ਸੋ ਸਿਰਫ ਜਿਹੜੀ ਸ਼ਰਾਬ ਤੇ ਇਹ ਬਾਹਰੋਂ ਦਾ ਕੰਮ ਨਹੀਂ, ਇਹਨੇ ਤੁਹਾਡਾ ਅੰਦਰ ਵੀ ਖਰਾਬ ਕਰਨਾ ਤੇ ਤੁਹਾਡਾ ਗਾਹਾਂ ਦਾ ਪ੍ਰੋਬਲਮ ਵੀ ਹੋ ਜਾਣੀ। ਹਾਂਜੀ, ਐਗਜ਼ੈਕਟਲੀ। ਐਲਕੋਹਲ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਵਾ, ਯੂ ਨੋ, ਸਾਰੇ ਇੱਕ ਨਾ ਇੱਕ ਬੰਦੇ ਨੂੰ ਜਾਣਦੇ ਆ ਜਿਹੜਾ ਪੀਂਦਾ ਬਹੁਤ ਆ, ਯੂ ਨੋ, ਨਾਲੇ ਐਂਡ ਦੇ ਬਲੇਮ ਦੇ ਵਾਈਫ ਕਿ ਤੂੰ ਮੈਨੂੰ ਨਿਆਣਾ ਨਹੀਂ ਦਿੰਦੀ, ਪਰ ਐਕਚੁਅਲੀ ਉਹਨਾਂ ਦੇ ਸਪਰਮ ਕੁਆਲਿਟੀ ਕੀ ਆ ਕਿਉਂਕਿ ਉਹ ਸ਼ਰਾਬ ਬਹੁਤ ਪੀਂਦੇ ਆ। ਸੋ ਕਿਡਨੀ ਵੀ ਖਰਾਬ, ਲਿਵਰ ਵੀ ਖਰਾਬ, ਬ੍ਰੇਨ ਵੀ ਖਰਾਬ, ਤੇ ਗਾਹਾਂ ਜਾ ਕੇ ਤੁਹਾਡਾ ਜਿਹੜਾ ਬੱਚੇ ਦਾ ਲੈਣ ਦਾ ਚਾਂਸ ਵੀ ਉਹ ਵੀ ਖਰਾਬ। ਹਾਂਜੀ, ਸੋ ਇਹ ਕੋਈ ਚੰਗਾ ਕੰਮ ਨਹੀਂ ਕਰ ਰਹੀ। ਹਾਂਜੀ, ਸੋ ਭੈਣ ਜੀ, ਵੀ ਟਾਕਡ ਅਬਾਊਟ ਸਮ ਆਫ ਦ ਰਿਸਕ ਫੈਕਟਰਸ, ਸੋ ਹੁਣ ਏਜ ਵੀ ਤੁਸੀਂ ਕਹਿੰਦੇ ਸੀਗੇ ਆਪਾਂ ਜਦੋਂ ਪਹਿਲਾਂ ਗੱਲ ਕੀਤੀ ਸੀ। ਹਾਂਜੀ, ਜਿੰਦਾ, ਸੋ ਇਹ ਆਬਵੀਅਸਲੀ ਮੈਨੂੰ ਪਤਾ ਵਾ ਕਿ ਜੇ ਜੋ ਜੋ ਸੋਸਾਇਟੀ ਪ੍ਰੋਗਰੈਸ ਹੋਈ ਜਾਂਦੀ ਆ, ਵੁਮੈਨ ਐਂਡ ਮੈਨ ਐਕਚੁਲੀ ਅਸੀਂ ਜ਼ਿਆਦਾ ਹੁਣ ਡਿਲੇ ਕਰਦੇ ਆ ਵਿਆਹ ਹੋਣ ਨੂੰ, ਅਤੇ ਯੂ ਨੋ, ਕਿਉਂਕਿ ਐਜੂਕੇਸ਼ਨ ਹੁੰਦੀ ਆ, ਕੰਮ ਹੁੰਦਾ ਵਾ, ਸੋ ਓਬਵੀਅਸਲੀ ਸਾਰੇ ਨਿਆਣਾ ਵੀ ਥੋੜ੍ਹਾ ਲੇਟ ਲੈ ਲੈਂਦੇ ਆ। ਪਰ ਜਿਹੜਾ ਅਸੀਂ ਦੇਖਦੇ ਹਾਂ ਰੀਸਰਚ ਕਿ ਰੀਅਲੀ ਸਾਡੀ ਜਿਹੜੀ ਫਰਟੀਲਿਟੀ ਹੈਗੀ ਆ ਲਾਈਕ ਵਿਦ ਵੁਮੈਨ ਥੋੜ੍ਹਾ ਡਿਕਲਾਈਨ ਕਰਦੀ ਆ ਮਿਡ ਥਰਟੀਜ਼, ਸੋ 35 ਓਨਵਰਡਸ। ਪਰ ਇਹਦਾ ਇਹ ਨਹੀਂ ਮਤਲਬ ਹੈਗਾ ਕਿ ਜੇ ਪਰਸਨ 40 ਸਾਲ ਦੇ ਹੈਗੇ ਜਾਂ ਉੱਤੇ ਹੋਏ ਕਿ ਉਹਨਾਂ ਨੂੰ ਨਿਆਣਾ ਨਹੀਂ ਹੋ ਸਕਦਾ। ਇਹ ਅਗੇਨ ਸਾਡੀ ਜਿੰਦਾ ਮਿਸਕਨਸੈਪਸ਼ਨ ਤੁਸੀਂ ਉਹਨੂੰ ਕਹਿ ਸਕਦੇ ਆ, ਗਲਤ ਫਹਿਮੀ ਆ ਕਿ ਨਹੀਂ ਨਿਆਣਾ ਹੋ ਸਕਦਾ। ਸੋ ਮੇਰੇ ਇੱਕ ਪੇਸ਼ੈਂਟ ਸੀਗੀ 43 ਐਂਡ ਸ਼ੀ ਹੈਡ ਅ ਹੈਲਥੀ ਬੇਬੀ, ਨੈਚੁਰਲੀ ਹੈਲਥੀ ਬੇਬੀ, ਐਂਡ ਅਗੇਨ ਰਿਮੈਂਬਰ ਕਿ ਜੇ ਨੈਚੁਰਲੀ ਵੀ ਨਹੀਂ ਹੁੰਦਾ ਅਸਿਸਟਡ ਕਨਸੈਪਸ਼ਨ ਹੋ ਸਕਦੀ ਆ, ਥਿੰਗਸ ਲਾਈਕ ਇੱਥੇ ਵੀ। ਪਰ ਆਪਣੇ ਸਿੱਖੀ ਸਮਾਜ ਦੇ ਵਿੱਚ ਪਹਿਲਾਂ ਤੁਸੀਂ ਦੇਖੋ ਗੁਰੂ ਤੇਗ ਬਹਾਦਰ ਜੀ, ਅਤੇ ਜਦੋਂ ਉਹਨਾਂ ਨੇ ਵੀ ਜਦੋਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਰਾਏ ਸੀਗੇ ਜਦੋਂ ਉਹਨਾਂ ਦੇ ਹੋਏ 40+, ਸੋ ਹਿਸਟੋਰੀਅਨ ਜਿਹੜੇ ਬੈਠੇ ਆਪਣੇ ਉਹ ਜ਼ਰੂਰ ਮੈਨੂੰ ਕਹੋਗੇ ਕਿ ਮੇਰਾ ਸ਼ਾਇਦ ਸੱਚ ਆ ਜਾਜੂ, ਪਰ ਇਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਏਜ ਅਤੇ ਉਹਨਾਂ ਦੀ ਜਿਹੜੀ ਆਪਣੀ ਮਾਈ ਦੀ ਏਜ ਸੀਗੀ 40 ਤੋਂ ਜ਼ਿਆਦਾ ਸੀ, ਅਤੇ ਐਡਾ ਵੱਡਾ ਸੂਰਮਾ ਅਤੇ ਪੰਥ ਦਾ ਰਤਨ, ਗੁਰਸਿੱਖੀ ਦਾ ਆਪਣਾ ਦਾਤਾ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਜਨਮੇ ਉਹਦੇ ਵਿੱਚੋਂ, ਸੋ 40 ਤੋਂ ਉੱਤੇ। ਸੋ ਆਪਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਿਹਦਾ ਕੁਆਲਿਟੀ ਹੈ ਨਾ ਉਹ ਇਹ ਕਿਸੇ ਟਾਈਮ ਆਪਾਂ ਨੂੰ ਹੋ ਜਾਂਦਾ ਕਿ ਕਈ ਕਈ ਬੱਚੇ ਕਰ ਲਓ, ਪਰ ਤੁਹਾਡਾ ਇੱਕ ਸੂਰਮਾ ਵੀ ਜੇ ਜੰਮ ਪੇ ਦਾ ਜਾਂ ਸੂਰਮੀ ਜੰਮ ਪੇ ਨਾ ਉਹ ਤੁਹਾਡਾ ਪੂਰਾ ਜਗਤ ਨੂੰ ਠੀਕ ਕਰ ਸਕਦੀ ਆ। ਸੋ 40+ ਆਪ ਤੁਸੀਂ ਦੇਖੋ ਆਪਦੀ ਹਿਸਟਰੀ, ਆਪਣੇ ਕਈ ਆਪ ਮੇਰੇ ਵੀ ਆਮ ਇੰਕਲੂਡਿਡ, ਆਪਾਂ ਆਪਦੀ ਹਿਸਟਰੀ ਖੁਦ ਨਹੀਂ ਪੜ੍ਹ ਰਹੇ ਕਿ ਆਪਣੀ ਕਿਹੋ ਜਿਹੇ ਆਪਣੇ ਕੋਲ ਐਗਜ਼ਾਮਪਲ ਆ। ਸੋ ਵੀ ਹੈਵ ਲੁਕਡ ਐਟ ਸੋਰਟ ਆਫ ਏਜ ਐਂਡ ਸਮੋਕਿੰਗ ਐਂਡ ਐਲਕੋਹਲ ਐਂਡ ਸਟ੍ਰੈਸ, ਐਂਡ ਵਾਟ ਅਬਾਊਟ STIs ਐਂਡ ਐਨਵਾਇਰਨਮੈਂਟਲ ਫੈਕਟਰਸ? ਯੈਸ, ਸੋ ਲਾਈਕ ਸੈਕਸ਼ੂਅਲੀ ਟ੍ਰਾਂਸਮਿਟਡ ਇਨਫੈਕਸ਼ਨਸ STIs, ਇਹਦਾ ਮਤਲਬ ਹੈ ਇਹ ਹੁੰਦਾ ਵਾ ਕਿ ਜਦੋਂ ਕੋਈ ਬੰਦਾ ਜਾਂ ਬੀਬੀ ਦੇ ਹੈਵਿੰਗ ਸੈਕਸ ਵਿਦ ਮਲਟੀਪਲ ਪੀਪਲ, ਈਵਨ ਕੈਨ ਬੀ ਵਨ ਔਰ ਟੂ ਪੀਪਲ, ਐਂਡ ਦੇ ਕੰਟਰੈਕਟ ਇਨਫੈਕਸ਼ਨ, ਸੋ ਉਹਨਾਂ ਨੂੰ ਇਨਫੈਕਸ਼ਨਸ ਮਿਲ ਜਾਂਦੀਆਂ ਜਿੱਦਾਂ ਕਲਮੀਡੀਆ ਹੁੰਦਾ, ਗੋਨੋਰੇ ਹੁੰਦਾ, ਅਤੇ ਉਹ ਐਕਚੁਲੀ ਅਫੈਕਟ ਕਰ ਸਕਦੇ ਫਰਟੀਲਿਟੀ ਨੂੰ। ਜਿੱਦਾਂ ਮੈਂ ਤੁਹਾਨੂੰ ਪਿਕਚਰ ਦਿਖਾਈ ਸੀ ਟਿਊਬ ਦੇ, ਅਤੇ ਉੱਥੇ ਤੁਸੀਂ ਅਫੈਕਟ ਹੋ ਸਕਦੇ ਆ ਟਿਊਬਾਂ 'ਤੇ ਕਿ ਜਿੱਦਾਂ ਉਹ ਚੰਗੀ ਤਰ੍ਹਾਂ ਕੰਮ ਨਹੀਂ ਹੁੰਦਾ, ਉਹਨੂੰ ਜਿੱਦਾਂ ਟਿਊਬ ਦੇ ਵਿੱਚ ਬਲੋਕ ਹੋ ਜਾਂਦੀ ਆ ਉੱਥੇ। ਸੋ
ਕਲਮੀਡੀਆ ਇਜ਼ ਅ ਕਲਮੀਡੀਆ ਬੈਕਟੀਰੀਅਲ ਜਾਂ ਕੋਈ ਇੱਕ ਸਮਝੋ ਇਨਫੈਕਸ਼ਨ ਆ ਤੁਸੀਂ ਇਹ ਸੋਚੋ ਕਿ ਇਹ ਇਨਫੈਕਸ਼ਨ ਇਹ ਵੀ ਹੋ ਸਕਦਾ ਜੇ ਤੁਸੀਂ ਉਹ ਏਰੀਆ ਕਲੀਨ ਨਹੀਂ ਜਾਂ ਕਿਸੇ ਨੂੰ ਕੋਈ ਗੋਲੀਆਂ ਉਹਨੇ ਕਈ ਗੋਲੀਆਂ ਵੀ ਹੁੰਦੀਆਂ ਕਿ ਤੁਹਾਨੂੰ ਹਾਇਰ ਰਿਸਕ ਦੇ ਦਿੰਦੀ ਹੈ ਕਲਮੀਡੀਆ ਇਨਫੈਕਸ਼ਨ ਸੋ ਇਹ ਵੀ ਨਾ ਆਪਦੇ ਮਨ 'ਚ ਪਾ ਦਿਓ ਕਿ ਫਲਾਨੇ ਨੂੰ ਇਨਫੈਕਸ਼ਨ ਹੋ ਗਿਆ ਇਹਦੇ ਮਤਲਬ ਇਹਨੇ ਕੋਈ ਮੰਦਾ ਕੰਮ ਕੀਤਾ ਆ ਇਹ ਵੀ ਨਹੀਂ ਠੀਕ ਹੈਗੀ ਜਾਂ ਉਹ ਲੇਡੀ ਨੇ ਕੋਈ ਮੰਦਾ ਕੰਮ ਕੀਤਾ ਆ ਅਬ ਜਸਟ ਕਮਿੰਗ ਬੈਕ ਟੂ ਦੈਟ ਬਿਕੋਜ਼ ਪੀਪਲ ਜਸਟ ਸਟਿਗਮਾ ਨਾ ਉਹ ਪੀਪਲ ਕਿਸ ਟਾਈਮ ਵੈਰੀ ਸੈਕਸ਼ੁਅਲੀ ਟ੍ਰਾਂਸਮਿਟਿਡ ਡਿਜ਼ੀਜ਼ ਹਾਂ ਸਪਰੈਡ ਤਾਂ ਹੁੰਦੇ ਆ ਕਿ ਜਦੋਂ ਤੁਹਾਡੇ ਕੋਲ ਮਲਟੀਪਲ ਪਾਰਟਨਰ ਹੁੰਦੇ ਆ ਪਰ ਯੂ ਕੈਨ ਗੈਟ ਏ ਸੈਕਸ਼ੁਅਲੀ ਟ੍ਰਾਂਸਮਿਟਿਡ ਡਿਜ਼ੀਜ਼ ਬੀਇੰਗ ਐਬਸੋਲੂਟਲੀ ਪਿਓਰ ਡੂਇੰਗ ਆਲ ਦਾ ਰਾਈਟ ਥਿੰਗਸ ਬਟ ਬਿਕੋਜ਼ ਆਫ ਹੈਲਥ ਪ੍ਰੋਬਲਮ ਹੈਲਥ ਔਰ ਇਨਫੈਕਸ਼ਨ ਆਈ ਥਿੰਕ ਆਲਸੋ ਇਟਸ ਰੀਅਲੀ ਇੰਪੋਰਟੈਂਟ ਟੂ ਕਲੈਰੀਫਾਈ ਇਜ਼ ਓਕੇ ਲੋਕੀ ਜਦੋਂ ਸੋਚਦੇ ਆ ਕਿ ਥੱਲੇ ਸਾਫ਼ ਹੋਣਾ ਚਾਹੀਦਾ ਯੂ ਨੋ ਆਈਵ ਸੀਨ ਇਨ ਇੰਡੀਆ You don't want to go too much kyunki main dekhiya india de vich kai ladies te kuriyan dettol de naal apne thalle area nu saaf kar de aa and really that's causing a lot of problems because jinna tusi kya se why guru ji ne thoda pura system healthy banaya even jera thoda thalle da system womanly you know you have something called physiological discharge thoda discharge aa janda aa again it's just to keep things clean it's just to keep things so pani is fine you don't want to over clean and also with chlamydia what's really important to say is ਇਹਦਾ ਇਹ ਨਹੀਂ ਮਤਲਬ ਕਿ ਤੁਸੀਂ ਪੰਜ ਬੰਦਿਆਂ ਨਾਲ ਇੱਕ ਲੇਡੀ ਨੇ ਜਾਂ ਪੰਜ ਕੁੜੀਆਂ ਨਾਲ ਇੱਕ ਬੰਦੇ ਨੇ ਲਾਈਕ ਰਿਲੇਸ਼ਨਸ਼ਿਪ ਰੱਖੀ ਆ ਯੂ ਕੁਡ ਹੈਵ ਈਵਨ ਜਸਟ ਹੈਡ ਅ ਰਿਲੇਸ਼ਨਸ਼ਿਪ ਵਿਦ ਵਨ ਪਰਸਨ ਬਟ ਦੇ ਮਾਈਟ ਹੈਵ ਬੀਨ ਆਫ ਹੈਡ ਕੰਟਰੈਕਟਡ ਕਲਮੀਡੀਆ ਫਰਮ ਸਮਵਨ ਐਲਸ ਔਰ ਗੋਨੋਰੀਆ ਫਰਮ ਸਮਵਨ ਐਲਸ ਸੋ ਇਟਸ ਨਾਟ ਯੋਰ ਫਾਲਟ ਯੂ ਨੋ ਵੀ ਕਾਂਟ ਜੱਜ ਥੀਸ ਥਿੰਗਸ ਬਟ ਇਟਸ ਸਮਥਿੰਗ ਟੂ ਜਸਟ ਕੀਪ ਇਨ ਮਾਈਂਡ ਦੈਟ ਇਫ ਯੂ ਹੈਵ ਥੀਸ ਟਾਈਪਸ ਆਫ ਸਿੰਪਟਮਸ ਡੋਨਟ ਬੀ ਸ਼ਾਈ ਸੀ ਯੂਰ ਜੀ ਪੀ ਦੇ ਕੈਨ ਡੂ ਸਵਬਸ ਔਰ ਜਿੰਨਾ ਇਨਵੈਸਟੀਗੇਟ ਕਰ ਸਕਦੇ ਤੁਹਾਡੇ ਕੋਲ ਹੈਗਿਆ ਇਹ ਇਨਫੈਕਸ਼ਨ ਜੇ ਹੈਗਿਆ ਟ੍ਰੀਟ ਕਰ ਸਕਦੇ ਬਹੁਤ ਸਿੰਪਲੀ ਐਂਟੀਬਾਇਓਟਿਕਸ ਦੇ ਨਾਲ ਇੱਕ ਦਿਨ ਦਾ ਕੋਰਸ ਆ ਯੂ ਨੋ ਲਾਈਕ ਇਟਸ ਨਥਿੰਗ ਐਂਡ ਯੂ ਜਸਟ ਟੇਕ ਇਟ ਫਰੋਮ ਦੇਅਰ ਸੋ ਹਮ ਪ੍ਰਦੀਪ ਜੀ ਇੱਕ ਕੁਐਸਚਨ ਹੈ ਪੂਰੀ ਮੈਂ ਹੁਣ ਤੁਹਾਨੂੰ ਪੁੱਛਣਾ ਚਾਹੁੰਦੀ ਆ What determines the sex of a child? Okay, so this is a myth that we really need to address here. So loki mino kende ya ke tin kuriyan ho gayan te bande ne na timino kehna ke tu mino tin kuriyan dittiyan yeah but actually timino kehna chahida bande nu tu mino tin kuriyan dittiyan kyunki actually jehda bande da pani hega oh na jehda sperm ਉਹ ਡਿਟਰਮਨ ਕਰਦਾ ਮੁੰਡਾ ਆਉਂਦਾ ਜਾਂ ਕੁੜੀ ਸੋ ਮੈਂ ਕਦੀ ਵੀ ਸੁਣਿਆ ਵੀ ਆ ਇਹ ਗੱਲ ਕਿਉਂਕਿ ਲੇਡੀਜ਼ ਮੈਨੂੰ ਆਉਂਦੀਆਂ ਪ੍ਰੈਸ਼ਰ ਕਹਿੰਦੇ ਆ ਕਿ ਸਾਡਾ ਮੁੰਡਾ ਨਹੀਂ ਹੁੰਦਾ ਮੁੰਡਾ ਮੇਰੀ ਸੱਸ ਮੈਨੂੰ ਕਹਿੰਦੀ ਜਾਂ ਮੇਰਾ ਫਾਦਰ ਨੂੰ ਜਾਂ ਮੇਰੀ ਮਾਂ ਮੈਨੂੰ ਕਹਿੰਦੀ ਮੁੰਡਾ ਕਿਉਂ ਨਹੀਂ ਤੈਨੂੰ ਹੁੰਦਾ ਪਰ ਐਕਚੁਲੀ ਇਟਸ ਨੋਟ ਗੋ ਐਨੀਥਿੰਗ ਟੂ ਡੂ ਵਿਦ ਵਿਚਾਰੀ ਕੁੜੀ ਇਟਸ ਟੂ ਡੂ ਵਿਦ ਦੀ ਐਕਚੁਅਲ ਬੰਦਾ ਹਿਮਸੈਲਫ ਸੋ ਪਲੀਜ਼ ਇੱਦਾਂ ਨਾ ਸੋਚੋ ਕਿ ਤੁਹਾਨੂੰ ਧੀ ਨਹੀਂ ਮੁੰਡਾ ਦਿੰਦੀ ਯੂ ਨੋ ਐਕਚੁਲੀ ਬਹੁਤ ਇੰਪੋਰਟੈਂਟ ਗੱਲ ਆਈ ਮੀਨ ਇਹ ਆਪਣੇ ਸਮਾਜ ਦੇ ਵਿੱਚ ਬਹੁਤ ਸਾਰਾ ਹੋ ਰਿਹਾ ਹੈ ਜਿਹਦਾ ਬੱਚਿਆਂ ਨੂੰ ਮਾਰਿਆ ਜਾਂਦਾ ਆ ਗੋਦ ਦੇ ਵਿੱਚ ਹੀ ਉਹਨਾਂ ਦੀ ਟਰਮੀਨੇਸ਼ਨ ਕੀਤੀ ਜਾਂਦੀ ਆ ਕਿਉਂਕਿ ਉਹ ਕਹਿੰਦੀ ਹੈ ਸਾਡੇ ਹੋਰ ਨਾ ਕੁੜੀ ਜੰਮ ਜਾਵੇ ਜਾਂ ਹੋਰ ਨਾ ਆਪਾਂ ਸਟਾਰਟ ਦੇ ਸ਼ੋਅ ਦੇ ਦੇਖਿਓ ਜ਼ਰੂਰ ਉਹਦੇ ਵਿੱਚ ਆਪਣੇ ਗੁਰੂਆਂ ਨੇ ਦੱਸਿਆ ਹੈ ਸਿੱਧਾ ਕਿ ਇਹ ਬਹੁਤ ਖਰਾਬ ਚੀਜ਼ ਆ ਜਿਹੜੀ ਜਿਹੜਾ ਉਹ ਭਾਵੇਂ ਉਹ ਕੁੜੀ ਹੋਊਗੀ ਜਾਂ ਮੁੰਡਾ ਉਹ ਜਿਹੜਾ ਸਿਗਨਲ ਉਹ ਸਾਈਨ ਉਹ ਆਉਂਦਾ ਆ ਬੰਦੇ ਤੋਂ ਬੁਰੀ ਦਾ ਉਹਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਪਰ ਉਹਦੇ ਵਿੱਚ ਬੰਦੇ ਦਾ ਵੀ ਕੋਈ ਦੋਸ਼ ਨਹੀਂ ਹੈਗਾ ਕਿਉਂਕਿ ਜਿਹੜਾ ਕੁਛ ਮਾਲਕ ਦੇ ਭਾਣੇ ਦੇ ਵਿੱਚ ਲਿਖਿਆ ਆ ਤੁਹਾਨੂੰ ਆਉਣਾ ਆ ਕਈ ਮੈਂ ਦੇਖੇ ਆ ਜਿਨ੍ਹਾਂ ਦੇ ਮੁੰਡੇ ਵੀ ਹੋ ਗਏ ਪਰ ਉਹ ਮੁੰਡੇ ਉਹਨਾਂ ਪਰਿਵਾਰਾਂ ਦੇ ਕੋਈ ਕੰਮ ਨਹੀਂ ਆਏ ਸਿਰਫ ਲੇਟ ਉਹ ਕਹਿੰਦੇ ਆ ਕਿ ਸਾਡੇ ਮੈਂ ਕਈ ਕਹਿੰਦੇ ਆ ਉਹ ਕਹਿੰਦੇ ਮੈਂ ਕਹਿੰਦੀ ਹਾਂ ਮੈਂ ਅਰਦਾਸ ਕਰਦੀ ਹਾਂ ਕਿ ਮੇਰੇ ਕੁੜੀ ਕਿਉਂ ਨਹੀਂ ਹੋਈ ਕਿਉਂਕਿ ਕੁੜੀਆਂ ਤੁਹਾਡੀ ਸੇਵਾ ਘਰਾਂ ਕਈ ਘਰਾਂ ਦੀ ਉਹ ਘੜੀ ਉਹ ਆਪਦੇ ਮਾਂ ਪਿਓ ਦੀ ਵੀ ਸੇਵਾ ਕਰਦੀ ਆ ਉਹ ਜਾ ਕੇ ਜਿੱਥੇ ਵਿਆਹ ਹੁੰਦਾ ਉਹਨਾਂ ਦੀ ਵੀ ਸੇਵਾ ਕਰਦੀ ਆ ਅਤੇ ਗਾਹਾਂ ਜਾ ਕੇ ਜਿਹੜੀ ਪੀੜ੍ਹੀ ਆਉਂਦੀ ਆ ਬੰਦੇ ਗਾਹਾਂ ਵੀ ਆਉਂਦੇ ਉਹਨਾਂ ਦੀ ਵੀ ਸੇਵਾ ਕਰਦੀ ਆ ਸੋ ਆਪਣੇ ਸਮਾਜ ਦੇ ਵਿੱਚ ਲੇਡੀਜ਼ ਵਾਸਤੇ ਜ਼ਿਆਦਾ ਸਤਿਕਾਰ ਹੋਣਾ ਚਾਹੀਦਾ ਹੈ ਮੇਰੇ ਕਾਰਨ ਕਿਉਂਕਿ ਆਪਾਂ ਨੂੰ ਇਹ ਮੈਨੂੰ ਪਤਾ ਹੈ ਕਿ ਹੋ ਰਿਹਾ ਆ ਅਤੇ ਸ਼ਾਦੀਆਂ ਦੇ ਵਿੱਚ ਵੀ ਇਹਨਾਂ ਵਿੱਚ ਵੀ ਆਨੇ ਉਹਦੇ ਸੰਨਾ ਦਾ ਟੋਪਿਕ ਪਰ ਸ਼ਾਦੀ ਕਈ ਕਹਿੰਦੇ ਆ ਕਿ ਯੂ ਨੋ ਆਪਣੀਆਂ ਲੜਕੀਆਂ ਨੂੰ ਇੱਕ ਤਰਫ ਨੂੰ ਲੋਹ ਸਮਝ ਕਰੋ ਸ਼ਾਦੀ ਹੁੰਦੀ ਆ ਦਰਜਾ ਐਬਸੋਲੂਟਲੀ ਮਾਲਕ ਨੇ ਤੁਹਾਡਾ ਸੇਮ ਬਣਾਇਆ ਆ ਤੁਹਾਡੇ ਕੋਲ ਰੋਲਸ ਡਿਫਰੈਂਟ ਆ ਪਰ ਦਰਜਾ ਸੇਮ ਆ
So I'm sorry for taking it a little bit that way, but I think some of our sangat need it. And as if buljan de ake, right now there's more female doctors than there ever been male doctors. Jada kuriyan hun doctor baniyan wa mundiyan to bhi jada at this present moment in time. Now see, ebi sochte ha ke pagat asi sirf bande sochte ha ke even pagti de vich. But look at like mata kola, bibi kola. Ona de ta gurdwara bhi baneya wa Guru Har Gobind Sahib ji ne banaya sega ona li. Je tusi Harmandir Sahib de darshan karde ha, oh ta khud kende ha ke je tusi bibi kola ji de gurdwara अपने पुत बाबा अटल जी दे गुरुद्वारे दे बिल्कुल सामने सो others so yeah. many hai na you know char sabhi ante ja ke you know they I don't know how true but there are some stories that the generation the lady that gave birth to Raja Ranjit Singh by Jindakor correct me if I'm wrong but there was a history that even she because she was a girl wasn't particularly welcomed when she first came. And it was actually, the story goes that she was saved in that situation, mm-hmm. the parents were realized, mm-hmm. and she went on to give rise to Raja Ranjit Singh, who did such great seva for the Guru Pant. Yeah. So again, ladies really, really important. Yeah. So coming back to the fault issue, it's no one's fault. No one's fault. Anna? Okay, so, what's treatment options for infertility? Okay, so treatment options kafi hai gaya. Pehli gal hai medical, so tablets. Mm-hmm. So I mean, first and foremost, I think just backtracking a bit is how to even investigate infertility. The jodo tusi ek saal hun ho gaya, tusi every 2-3 din try kita wa baby nahi hoya. Please apne GP nu jaake milo. Karke main dekhya hua kai couples. 3-4 saal rehnde ya nade fed bhi nahi gp kol gaye te tana tusi penji rightfully kende sige simple blood test karde ya gp thoda thalle scan kar sakde ya bandeyan da semen test you know very important that jidda thoda gp kenda oh semen test karo na oh bhi bahut important hai kyunki ode bhi jinna factors hunde ya ke 2 ghante pehla karne chahide ya lab ja ke tusi kar sakde ya there's a lot of but kind of but actually jidda jadon banda shuru karda hai na dekhna ve ki wajah ya eh kai cheeza rule out vi kar sakde ya simple nal kai cheeza dassa de vishas thyroid di theek chal reha je hor kuch very simple explanation ho sakda hai very simple but tusi je gp ko nahi jaoge fir thoda ki kidda So, eh, bahut simple jinna kole GP nahi hage bhen ji hun unna dekho apne ta bahut nice system hai NHS de vich England de vich sanu free healthcare mildi hai jadon India de vich Pakistan de vich utthe vi kai milde hai par jinna kole sahulta nahi jinna ne paise gharon apde unna nu pata ki doctor kole gaye fees bharni paini hai hun darjan de hai ki sanu fees bharni paini hai eh thoda thoda ja itthe vi sanu dasso ki jehdi apni sangat baithi hai jithe na is all private all healthcare is private main na thonu asal tak dasdi ha ki main dekhe jadon kise da vyah hunda na पैसे ठोक के लांदे आ यू नो रोटी चंगी होनी चाहिदी आ यू नो कपड़ा चंगा होना चाहिदा क्यों क्योंकि लोकी देखदे आ लोकी की सोचोगे पर रियली सानू हेल्थ तो बड़ी कोई चीज नहीं हैगी तुसी खुश नहीं हो सकदे जे थोड़ी शारीरिक तौर ते तुसी हेल्थी नहीं हैगे ठीक नहीं हैगे सो आई वुड इवन से कि जेड़ा पैसा तुसी सोचो जेड़ी नवी गड्डी लैन लगे आ जा तुसी नवा जेड़ा ब्याह होना ओदे सना तुसी अपने आप ਨੂੰ ਤੁਸੀਂ ਦਿਨਾਂ ਸੋਚ ਸਕਦੇ ਆ ਕਿਤੇ ਤੁਸੀਂ ਬਚਾ ਸਕਦੇ ਆ ਉਹ ਪੈਸੇ ਇਕੱਠੇ ਕਰਕੇ ਪਹਿਲੀ ਗੱਲ ਆ ਜੇ ਦਿਨਾਂ ਇੰਡੀਆ ਜਾਂ ਪਾਕਿਸਤਾਨ ਰੀਅਲੀ ਰਿਸਰਚ ਕਰੋ ਕਿ ਇਹ ਜਿਹੜਾ ਤੁਸੀਂ ਜਗ੍ਹਾ ਜਾਣ ਲੱਗੇ ਆ ਇਹ ਚੰਗੀ ਵੀ ਹੈਗੀ ਆ ਕਿ ਨਹੀਂ ਕਿਉਂਕਿ ਮੈਂ ਇਹ ਵੀ ਦੇਖਿਆ ਵਾ ਕਿ ਕਈ ਜਿਹੜੇ ਡਾਕਟਰ ਆ ਅਬਰੋਡ ਸਮ ਆਫ ਦੈਮ ਨਾਟ ਆਲ ਆਫ ਦੈਮ ਸਮ ਪਲੇਸਿਸ ਆਰ ਫੈਂਟੈਸਟਿਕ ਸਮ ਪਲੇਸਿਸ ਉਹਨਾਂ ਨੇ ਸਿੱਧਾ ਬਹੁਤ ਵੱਡੇ ਹਾਈ ਚਾਰਜ ਇਨਵੈਸਟੀਗੇਸ਼ਨ ਸਟਾਰਟ ਇੱਥੇ ਕਰਨੇ ਆ ਉਹਨਾਂ ਨੇ ਕਹਿਣਾ ਅਸੀਂ ਨਾ ਜੀ ਤੁਹਾਡੇ 'ਤੇ ਥੋੜ੍ਹੀ ਸਰਜਰੀ ਕਰਨੀ ਆ ਕਿ ਢਿੱਡ 'ਚ ਕੀ ਹੁੰਦਾ ਵਾ ਪਰ ਪਹਿਲਾਂ ਕੋਈ ਬਲੱਡ ਟੈਸਟ ਨਹੀਂ ਕੀਤਾ ਪਹਿਲਾਂ ਕੋਈ ਸਕੈਨ ਨਹੀਂ ਕੀਤਾ ਪਹਿਲਾਂ ਕੋਈ ਸੀਮਨ ਦਾ ਸੈਂਪਲ ਨਹੀਂ ਅਸੈਸ ਕੀਤਾ ਸੋ ਤੁਹਾਨੂੰ ਵੀ ਖੁਦ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਜਿਹੜੇ ਇਹ ਸਿੰਪਲ ਚੀਜ਼ਾਂ ਵਾ ਨਾਲੇ ਇਹਦੇ ਪੈਸੇ ਬਹੁਤ ਘੱਟ ਲੱਗਦੇ ਆ ਸਰਜਰੀ ਦੇ ਕੰਪੈਰੀਸਨ ਤੇ ਫਿਰ ਤੁਹਾਨੂੰ ਵੀ ਅੰਦਾਜ਼ਾ ਹੋਣਾ ਚਾਹੀਦਾ ਕਿ ਸਟਾਰਟ ਵਿਦ ਦ ਸਿੰਪਲ ਥਿੰਗਸ ਐਂਡ ਦੈਨ ਗੋ ਮੋਰ ਐਂਡ ਦੇਰਸ ਅ ਲੋਟ ਆਫ ਗਾਈਡੈਂਸ ਔਨ ਦੀ ਐਨਐਚਐਸ ਵੈਬਸਾਈਟਸ ਵਿਦ ਦ ਸਿਕੀ ਕਰੋ ਐਂਡ ਆਲਸੋ ਲੁੱਕ ਐਟ ਦੀ ਹਿਊਮਨ ਐਮਬ੍ਰਿਓਲੋਜੀ ਹੈਲਥ ਅਥਾਰਟੀ ਯੈਸ
HFEA. So even in England, there are private clinics in England, okay? And there's several clinics, but if you go to the HFEA website, tuhanu pata lag janda ke kehda private clinic government ne kiya ke theek ye theek a tusi ja sakde ha. And but eh bhi to, I mean, just before going private, you can go under the NHS as well. Kehi jehde authorities a je tusi early enough chal jande ha, because this is the thing about just tusi chale ha to So different rules, different locations che pende ya. So for example, let's just say thoda nyana nahi hunda, ek saal to jyada ho gaya, te thode sare blood test normal, scan normal, thalle bacche da ni da, thode husband da ja bande da semen changa wa, phir unhone sochna maybe we could think about IVF. So IVF da matlab ki hunda, that's the important thing. Bahut badhaya hunda hai, ਕਿਉਂਕਿ ਬਹੁਤ ਆਪਣੇ ਸਮਾਜ ਦੇ ਵਿੱਚ ਇਹ ਚੱਲ ਰਹੀ ਕੁਐਸਚਨ ਚੱਲ ਰਹੀ ਸੋ IVF ਦਾ ਇਹ ਮਤਲਬ ਹੁੰਦਾ ਵਾ ਬੰਦੇ ਦਾ ਜਿਹੜਾ ਪਾਣੀ ਆ ਉਹ ਬਾਹਰ ਕੱਢਣਾ ਫਿਰ ਬੰਦਾ ਸੈਂਪਲ ਦਿੰਦਾ ਵਾ ਡਾਕਟਰ ਨੂੰ ਜਿਹੜੀ ਤੀਮੀ ਦਾ ਜਿਹੜਾ ਆਂਡਾ ਵਾ ਉਹ ਤੀਮੀ ਤੋਂ ਕੱਢਣਾ ਤੇ ਟਿਊਬ ਦੇ ਵਿੱਚ ਜਿਹੜਾ ਡਾਕਟਰ ਆ ਉਹਨੇ ਬੰਦੇ ਦਾ ਪਾਣੀ ਆਂਡੇ ਦੇ ਵਿੱਚ ਪਾਉਣਾ ਤੇ ਬੇਬੀ ਬਣਾਉਣਾ ਟਿਊਬ ਦੇ ਵਿੱਚ ਫਿਰ ਉਹਨਾਂ ਨੇ ਜਾ ਕੇ ਮਾਂ ਦੇ ਬੱਚੇ ਦਾਨੀ ਦੇ ਵਿੱਚ ਉਹ ਆਂਡਾ ਤੇ ਪਾਣੀ ਵਿੱਚ ਇਕੱਠਿਆਂ ਨੇ ਪਾਉਣਾ ਇਹਦਾ ਮਤਲਬ ਹੁੰਦਾ ਬਹੁਤਾ ਟਾਈਮ ਨਾ ਇੱਥੇ ਲਾਓ ਤੁਸੀਂ ਪਲੀਜ਼ ਆਪਣੇ ਜੀ ਪੀ ਨੂੰ ਜਾ ਕੇ ਪੁੱਛੋ ਕਿ ਤੁਹਾਡਾ ਕੱਟ ਆਫ ਪੁਆਇੰਟ ਕਿੱਥੇ ਆ ਤੁਹਾਡੇ ਲੋਕੇਸ਼ਨ ਦੇ ਵਿੱਚ ਕਿ ਤੁਸੀਂ ਕਦੋਂ IVF ਜੇ ਤੁਹਾਨੂੰ ਚਾਹੀਦੀ ਆ ਤੁਸੀਂ ਕਦੋਂ ਕਰਾ ਸਕਦੇ ਆ ਪਰ ਰਿਮੈਂਬਰ ਜਦੋਂ ਜੇ ਟੈਸਟ ਸਾਰੇ ਨੋਰਮਲ ਆ ਫੋਰ ਐਗਜ਼ਾਮਪਲ ਫਿਰ ਵੀ ਡਾਕਟਰ ਨੇ ਤੁਹਾਨੂੰ ਰੈਫਰ ਕਰਨਾ ਹੋਸਪਿਟਲ ਨੂੰ ਫਰਟੀਲਿਟੀ ਕਲੀਨਿਕ ਦੇ ਵਿੱਚ ਸੋ ਈਵਨ ਉਹ ਡਾਕਟਰਸ ਥੋੜ੍ਹਾ ਹੋਰ ਜਾਣਬੀਨ ਕਰੋਗੇ ਕਿ ਕੀ ਹੁੰਦਾ ਵਾ ਈਵਨ ਸਮਟਾਈਮਸ ਉਹ ਟਾਈਮ ਲੱਗਦਾ ਵਾ ਨਾਲੇ ਕਦੇ ਕਦੇ ਉਹ ਚ ਵੀ ਥੋੜ੍ਹੀ ਸਰਜਰੀ ਹੁੰਦੀ ਆ ਨਾਲੇ ਜੇ ਉਹਨਾਂ ਨੇ ਤੁਸੀਂ ਸੈਂਪਲ ਦਿੱਤੇ 3 ਮਹੀਨੇ ਜੇ ਜ਼ਿਆਦਾ ਹੋ ਜੇ ਫੇਰ ਮੁੜ ਕੇ ਸੈਂਪਲ ਕਰਨੇ ਪੈਂਦੇ ਆ ਕਿਹੜੇ ਸੀਮਨ ਦੇ ਹਾਂਜੀ ਇਫ ਫਸਟ ਸੈਂਪਲ ਦੇ ਵਿੱਚ ਕੋਈ ਨੁਕਸ ਆਊਗਾ ਦੈਨ 3 ਮੰਥਸ ਬਾਅਦ ਚ ਫੇਰ ਤੁਹਾਨੂੰ ਸੈਂਪਲ ਕਰਨਾ ਪੈਂਦਾ ਵਾ ਸੰਗਤ ਜੀ ਇਹ ਵੀ ਦੇਖ ਰਹੇ ਇਹ ਬਹੁਤ ਸੈਂਸਿਟਿਵ ਗੱਲ ਆ ਕਿਉਂਕਿ ਜਦੋਂ ਉਹ ਕਪਲ ਇਨ ਇਹ ਪ੍ਰੋਸੈਸ ਦੇ ਥਰੂ ਜਾਂਦੇ ਆ ਇਨ ਵਿਟਰੋ ਫਰਟੀਲਾਈਜੇਸ਼ਨ ਉਹਨਾਂ 'ਤੇ ਬਹੁਤ ਵੱਡਾ ਭਾਰ ਸਿਰ ਦੇ ਉੱਤੇ ਫਿਰ ਆ ਜਾਂਦਾ ਹੈ ਸਟ੍ਰੈਸ ਦਾ ਇੱਕ ਤਾਂ ਪੈਸੇ ਦਿੱਤੇ ਹੁੰਦੇ ਆ ਕਿਉਂਕਿ ਮੋਸਟਲੀ ਆਈ ਡੋਂਟ ਨੋ ਹਾਊ ਮੱਚ ਆਫ ਇਟ ਇਜ਼ ਫੰਡਡ ਔਨ ਦੀ ਐਨਐਚਐਸ ਸੋ ਅਗੇਨ ਡਿਪੈਂਡਸ ਔਨ ਦੀ ਏਜ ਐਂਡ ਅਗੇਨ ਆਲਸੋ ਇਵਨ ਦੈਟ ਦੀ ਅਥਾਰਟੀ ਮਾਈਟ ਸੇ ਕਿ ਤੁਹਾਨੂੰ ਖਾਲੀ ਇੱਕ ਸਾਈਕਲ ਦੇਣਾ ਜਾਂ ਤੁਹਾਨੂੰ ਸਿਰਫ ਦੋ ਸਾਈਕਲ ਦੋ ਵਾਰੀਆਂ ਜਾਂ ਇੱਕ ਵਾਰੀ ਦੇਵੋਗੇ ਜਾਂ ਦੋ ਵਾਰੀ ਦੇਵੋਗੇ ਉਸ ਤੋਂ ਵੱਧ ਨਹੀਂ ਅਸੀਂ ਦੇ ਸਕਦੇ ਸੋ ਤੁਹਾਨੂੰ ਇਹ ਜੀ ਪੀ ਦੇ ਕੋਲੋਂ ਫਾਈਂਡ ਆਊਟ ਕਰਨਾ ਪੈਣਾ ਬਟ ਯੈ ਇਟਸ ਅ ਬਿਗ ਪ੍ਰੈਸ਼ਰ ਹਜ਼ਾਰਾਂ ਦੇ ਵਿੱਚ ਇਹ ਪ੍ਰੋਬਲਮ ਚੱਲ ਜਾਂਦੀ ਹੈ ਅਤੇ ਫਿਰ ਉਹਨਾਂ 'ਤੇ ਉਹ ਜਿਹੜੀ ਮਾਨਸਿਕ ਜਿਹੜੀ ਉਹਨਾਂ ਦੀ ਸਟ੍ਰੈਸ ਵੀ ਹੁੰਦੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ ਪਰ ਆਪਾਂ ਨੂੰ ਇਹ ਕਿ ਜਿੰਨਾ ਜਿਵੇਂ ਭੈਣ ਜੀ ਨੇ ਦੱਸਿਆ ਕਿ ਜਿੰਨਾ ਹੀ ਉਹਨਾਂ 'ਤੇ ਸਟ੍ਰੈਸ ਘੱਟ ਆ ਪਹਿਲੀਆਂ ਦੇ ਵਿੱਚ ਹਮੇਸ਼ਾ ਜਦੋਂ ਲੇਡੀ ਨੂੰ ਜਦੋਂ ਉਹ ਬੱਚੇ ਦਾ ਨਹੀਂ ਜਦੋਂ ਉਹ ਪ੍ਰੈਗਨੈਂਸੀ ਦੇ ਵਿੱਚ ਹੁੰਦੇ ਸੀਗੇ ਉਹਨਾਂ ਨੂੰ ਆਪਣੇ ਮਾਂ ਪਿਓ ਦੇ ਉੱਤੇ ਭੇਜਿਆ ਜਾਂਦਾ ਸੀਗਾ ਹੁਣ ਆਪਣੇ ਸਮਾਜ ਦੇ ਵਿੱਚ ਇਹ ਸੀਗਾ ਕਿ ਕਿਉਂ ਬਈ ਕਿਉਂ ਉਹ ਆਪਦੇ ਘਰੇ ਜਾ ਕੇ ਜਾਂਦੀ ਆ ਉਹਦੇ ਵਿੱਚ ਇਹ ਸੀ ਕਿ ਜਿਹੜੀ ਉਹਦੀ ਕਨੈਕਸ਼ਨ ਆ ਜਿਹਦੇ ਘਰੇ ਉਹ ਪਲੀ ਸੀ ਜਿੱਥੇ ਉਹ ਬੱਚੀ ਸੀ ਜਿੱਥੇ ਉਹਦੇ ਸਾਰਾ ਜਿਵੇਂ ਪਿਆਰ ਹੀ ਉਹਨੂੰ ਮਿਲਿਆ ਸਤਿਕਾਰ ਹੀ ਮਿਲਿਆ ਮੋਸਟਲੀ ਮਤਲਬ ਟੋਕਿੰਗ ਹੈ ਇਹ ਨਹੀਂ ਆਪਾਂ ਕਹਿੰਦੇ ਕਿ ਜਦੋਂ ਸਸੁਰਾਲ ਜਾਂਦੇ ਨਹੀਂ ਪਿਆਰ ਮਿਲਦਾ ਆਪਾਂ ਇਹ ਕਹਿੰਦੇ ਹਾਂ ਕਿ ਉਹਨਾਂ ਦੇ ਵਿੱਚ ਜਿਹੜਾ ਪ੍ਰੈਸ਼ਰ ਆ ਮਨ ਦੇ ਵਿੱਚ ਉਹ ਬਹੁਤ ਘੱਟ ਜਾਂਦਾ ਉਹਦਾ ਬਸ ਮਾਂ ਨੂੰ ਇਹ ਹੁੰਦਾ ਹੈ ਚਾਅ ਚੜ੍ਹ ਜਾਂਦਾ ਕਿ ਮੈਂ ਉਹਦਾ ਖਿਆਲ ਰੱਖਣਾ ਮੈਂ ਉਹਨੂੰ ਨਾ ਉਹਨੂੰ ਸਪੋਇਲ ਕਰਨਾ ਸੋ ਉਹ ਇਹ ਕਹਿੰਦੇ ਕਿ ਜੇ ਲੇਡੀਜ਼ ਦੀ ਸਟ੍ਰੈਸ ਲੈਵਲ ਘੱਟ ਹੋਵੇ ਉਹਦੀ ਜਿਹਦੀ ਯੂ ਨੋ ਕਾਮ ਹੋਵੇ ਉਹਦੇ ਵਿੱਚ ਸਪੋਰਟਿਵ ਹੋਣਾ ਚਾਹੀਦਾ ਸਪੋਰਟਿਵ ਇਨਵਾਇਰਨਮੈਂਟ ਹੋਵੇ ਹਨਾ ਉਹਨੂੰ ਉੱਥੇ ਵੀ ਮਿਲ ਸਕਦੀ ਆ ਆਪਦੇ ਦੋਨਾਂ ਘਰਾਂ 'ਚ ਮਿਲ ਸਕਦੀ ਆ ਪਰ ਆਪਣੇ ਪੁਰਾਣੇ ਜਿਹੜਾ ਕੁਛ ਹੁੰਦਾ ਸੀ ਉਹ ਸਿਰਫ ਇਹ ਨਹੀਂ ਉਹ ਇਹ ਹੁੰਦਾ ਸੀ ਕਿ ਉਹਨੂੰ ਪਤਾ ਸੀ ਕਿ ਮਾਂ ਨੇ ਬਹੁਤ ਸੋਹਣੀ ਤਰ੍ਹਾਂ ਦੇ ਨਾਲ ਖਿਲਾਉਣਾ ਉਹਨੂੰ ਬਹੁਤ ਸੋਹਣੀ ਤਰ੍ਹਾਂ ਦੇ ਨਾਲ ਉਹਨੂੰ ਪਾਲ ਕੇ ਰੱਖਣਾ ਆ ਅਤੇ ਉਹਦੀ ਹੈਲਪ ਹੋਊਗੀ ਆਪਾਂ ਇਹ ਵੀ ਕਹਿੰਦੇ ਹਾਂ ਕਿ ਜਦੋਂ ਤੁਸੀਂ ਮੈਰਿਡ ਹੋਮ ਦੇ ਵਿੱਚ ਜਾਂਦੇ ਆ ਉੱਥੇ ਵੀ ਇਹ ਹੋ ਸਕਦਾ ਆ ਸਮਾਂ ਆਪਣੀਆਂ ਜਿਹੜੀਆਂ
ਮਦਰ ਇਨ ਲਾਅ ਹੁੰਦੀ ਆ, ਸੱਸ ਦੀ ਗੱਲ ਹੁੰਦੀ ਆ, ਸੱਸਾਂ ਨੂੰ ਤਾਂ ਸਮਾਂ ਜ਼ਿਆਦਾ ਪਿਆਰ ਦੇਣਾ ਚਾਹੀਦਾ ਆ, ਪਰ ਉਹਦੇ ਵਿੱਚ ਇਹ ਹੁੰਦਾ ਤੇ ਆਪਣੇ ਸਮਾਜ ਵਿੱਚ ਹੁੰਦਾ ਆ। ਯਾ ਅਸੀਂ ਭੁੱਲ ਜਾਂਦੇ ਆ ਕਿ ਸੱਸਾਂ ਵੀ ਮਾਮਾ ਵਾਂਗੂ ਹੁੰਦੀਆਂ ਵਾ, ਲਾਈਕ ਯੂ ਨੋ ਪਰਸਨਲੀ, ਲਾਈਕ ਮੇਰੀ ਜਿਹੜੀ ਮਦਰ ਇਨ ਲਾਅ ਮੇਰੀ ਮਾਂ ਵਾਂਗੂ ਆ, ਯੂ ਨੋ ਐਂਡ ਨਾਲੇ ਬਹੁਤ ਪਿਆਰ ਦਿੰਦੇ ਆ। ਸੋ ਨਾਲੇ ਸਾਨੂੰ ਨਾਲੇ ਨੂੰਹਾਂ ਵੀ ਤੀਆਂ ਵਾਂਗੂ ਹੋਣੀਆਂ ਚਾਹੀਦੀਆਂ ਵਾ, ਯੂ ਨੋ ਇਹ ਇਹ ਦੋਨੋਂ ਕਦੀ ਕਦੀ ਮੈਂ ਸੋਚਦੀ ਹਾਂ ਜਿਹੜੇ ਇਹ ਹਿੰਦੀ ਪ੍ਰੋਗਰਾਮ ਸੀਰੀਅਲਸ ਨਾ ਅਸੀਂ ਅਸੀਂ ਬਹੁਤ ਦੇਖਦੇ ਹਾਂ, ਨਾਲੇ ਫਿਰ ਅਸੀਂ ਸੋਚਦੇ ਹਾਂ ਇਹ ਵੀ ਮੇਰੇ ਘਰ 'ਚ ਚੱਲਦਾ ਵਾ, ਯੂ ਨੋ ਆਪਾਂ ਨੂੰ ਇਹ ਕਹਿੰਦੇ ਕਿ ਜਿਹੜਾ ਕੁਛ ਤੁਹਾਡੀ ਸੰਗਤ ਆ, ਸੰਗਤ ਇਹ ਨਹੀਂ ਹੈਗਾ ਸਿਰਫ ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ, ਸੰਗਤ ਤੁਹਾਡੇ ਕੰਨਾਂ ਦੀ, ਸੰਗਤ ਤੁਹਾਡੀ ਅੱਖਾਂ ਦੀ, ਇਹ ਸੁਣਨ ਦੀ ਤੇ ਦੇਖਣ ਦੀ ਸੰਗਤ ਵੀ ਹੁੰਦੀ, ਬੋਲਣ ਦੀ ਵੀ ਹੈਗੀ, ਤੇ ਬੋਲਣ ਦੀ ਵੀ ਸੰਗਤ ਓਬਵੀਅਸਲੀ ਮਾਰਾ ਨਹੀਂ ਕਹਿਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਸੰਗਤ ਦੇਖਣੀ ਚਾਹੀਦੀ ਹੈ, ਕਿਉਂਕਿ ਜਿਹੜਾ ਕੁਛ ਵੀ ਤੁਹਾਡੇ ਅੰਦਰ ਜਾ ਰਿਹਾ ਆ ਉਹ ਤੁਹਾਡੇ ਅੰਦਰ ਇਫੈਕਟ ਕਰ ਰਿਹਾ, ਤੁਹਾਡੀ ਮਾਈਂਡ ਬੋਡੀ ਤੇ ਸਪਿਰਿਟ ਨੂੰ ਉਹ ਇਨਫਲੂਐਂਸ ਕਰ ਰਿਹਾ। ਸੋ ਆਪਣਾ ਇਹ ਸੁਝਾਅ ਆ ਕਿ ਆਪਾਂ ਇਹਦੇ 'ਤੇ ਇੱਕ ਨਾ ਇੱਕ ਤਰਫ ਦਾ ਗਾਰਡ ਕਰੀਏ ਕਿ ਜੇ ਮੈਨੂੰ ਇੱਥੇ ਜ਼ਿਆਦਾ ਭੈੜੀਆਂ ਚੀਜ਼ਾਂ ਸੁਣ ਰਹੀਆਂ ਜਾਂ ਨੈਗੇਟਿਵ ਚੀਜ਼ਾਂ ਸੁਣ ਰਹੀਆਂ, ਆਪਦੀ ਸੰਗਤ ਬਦਲੋ, ਹੈ ਨਾ। So I just wanted to share that. Haji, definitely. It definitely worked with me. So Banji, we were talking about the sort of the treatment, and you just touched on a couple of those things. Is there anything else about the treatment? Yeah, definitely. I think ik gall hai ke weight jada jinna sirf actually lady da paar nahi hunda bandeyan da bhi paar je jada hoye na sperm nu affect kar sakdi hai, equally jede ladies are even jada bhi nahi paar, even jede bahut hi patle hai unhan nu bhi fertility issues ho jandiyan ha, nare jinna da body asi unko kal de body mass index really you should be between 20 and 25, je tusi 30 to upar aana na tusi apne gp nal kar sakde ha, bmi je tusi, so jado body mass index 30 to upar hunda va again a problem hundi ha bachcha lain nu, but equally je 19 to thalle hundi ha a bhi problem hundi ha baby lain nu, and equally je bande da jinna main kya siga ਬਹੁਤ ਓਵਰ ਵੇਟ ਬੋਡੀ ਮਾਸ ਇੰਡੈਕਸ ਹੁੰਦਾ ਵਾ। ਸੋ ਅਗੇਨ ਇਹ ਜਿਹੜਾ ਲੂਜ਼ ਵੇਟ ਹੁੰਦਾ ਵਾ ਨਾ, ਸਿਰਫ ਬੀਬੀਆਂ 'ਤੇ ਨਹੀਂ ਇਹ ਪ੍ਰੈਸ਼ਨ ਹੋਣਾ ਚਾਹੀਦਾ, ਜਿਹੜਾ ਬੰਦਾ ਵਾ ਨਾ ਉਹਦੇ 'ਤੇ ਵੀ ਇਹ ਹੋਣਾ ਚਾਹੀਦਾ ਵਾ। ਮੋਟਾਪਾ ਆਪਣੀ ਪੰਜਾਬੀ ਵਿੱਚ ਥੋੜ੍ਹਾ ਜਿਹਾ ਟ੍ਰਾਂਸਲੇਸ਼ਨ ਹੁੰਦਾ ਆ, ਇਹ ਤਾਂ ਸਮਾਜਿਕ ਪ੍ਰੋਬਲਮ ਆ, ਐਕਚੁਅਲੀ ਇਸ ਅ ਵਰਲਡ ਵਾਈਡ ਪ੍ਰੋਬਲਮ ਹੈਗੀ ਆ, ਓਬੀਸਿਟੀ ਮੋਟਾਪਾ ਕਈ ਹੈਲਥ ਦੇ ਕੰਸਰਨ ਆ। ਸੋ ਥੈਂਕ ਯੂ। ਓਕੇ, ਸੋ ਹਾਊ ਡੂ ਵੀ ਇੰਪਰੂਵ ਆਵਰ ਫਰਟੀਲਿਟੀ ਬੈਂਜੀ? ਸੋ ਯੂ ਟਚਡ ਅ ਲਿਟਲ ਬਿਟ ਅਬਾਊਟ ਇਟ, ਸੋ ਯੂ ਨੋ ਅਬਾਊਟ ਆਲ ਯੂ ਨੋ ਲੋ ਐਲਕੋਹਲ, ਅਵੋਇਡਿੰਗ ਇਟ, ਟੇਕਿੰਗ ਕੇਅਰ ਆਫ ਯੂਰਸੈਲਫ, ਗੁੱਡ ਫੂਡ ਐਕਸਰਸਾਈਜ਼, ਸੋ ਕੈਨ ਵੀ ਜਸਟ ਗਿਵ ਅ ਲਿਟਲ ਸਮਰੀ ਆਫ ਦੈਟ? ਆਈ ਥਿੰਕ ਬਾਜੀ ਹਿਟ ਔਨ ਅ ਰੀਲੀ ਗੁੱਡ ਪੁਆਇੰਟ, ਹੀ ਸੈਡ ਬੀ ਇਨ ਅ ਗੁੱਡ ਪਲੇਸ ਐਂਡ ਰੀਲੀ ਲਾਈਕ ਜੇ ਨਿਆਣਾ ਨਹੀਂ ਹੁੰਦਾ ਰਾਈਟ ਨਾਓ, ਇਹਦਾ ਮਤਲਬ ਇਹ ਹੁੰਦਾ ਵਾ ਮੇ ਬੀ ਕਿ ਤੁਸੀਂ ਜਸਟ ਥੋੜ੍ਹਾ ਆਪਣੇ ਆਪ ਨੂੰ ਪਿਆਰ ਦਿਓ, ਆਪਣੇ ਆਪ ਨੂੰ ਟਾਈਮ ਦਿਓ, ਜਿਹਨੇ ਤਾਂ ਤੁਸੀਂ ਆਪਣੇ ਮਨ 'ਚ ਸੋਚੋ ਮੈਂ ਹੁਣ ਕਿੱਦਾਂ ਪ੍ਰਿਪੇਅਰ ਕਰਨਾ ਵਾ, ਅਤੇ ਬਾਣੀ ਬਹੁਤ ਪਾਵਰਫੁੱਲ ਆ, ਯੂ ਨੋ ਗੁਰਬਾਣੀ ਇੰਨੀ, ਅਸੀਂ ਇੰਨੇ ਕਿਸਮਤ ਵਾਲੇ ਹਾਂ ਨਾ ਕਿ ਸਾਨੂੰ ਗੁਰੂ ਮਿਲੇ ਆ ਅਤੇ ਬਾਣੀ ਮਿਲੀ ਆ, ਅਤੇ ਉਹਨਾਂ ਨੂੰ ਤੁਸੀਂ andro hirde de naal, and I mean recently I went to a yoga retreat a few months ago, and oh kende singe jinda jera simran hunda ho na oh sirf thode jinda muh to nahi hona chahida, sirf thode dil to nahi hona chahida, thode pure ang to hona chahida, nade thode garb to bhi hona chahida, je tusi jinna akha meet ke tusi simran apne garb to apne womb to bhi karunge, you start building a connection with your body, kyunki asi ਸਾਡਾ ਮਨ ਇੱਥੇ ਆ, ਸਾਰਾ ਕੁਛ ਥੱਲੇ ਹੁੰਦਾ ਵਾ, ਪਰ ਰੀਅਲੀ ਸਾਨੂੰ ਕਨੈਕਟ ਕਰਨਾ ਚਾਹੀਦਾ, ਐਂਡ ਦੈਟਸ ਵੇਅਰ ਬਾਣੀ ਕਮਸ ਇਨਟੂ ਇਟ, ਸੋ ਮੈਡੀਟੇਸ਼ਨ, ਸਿਮਰਨ, ਯੋਗਾ, ਆਲ ਦੀਸ ਥਿੰਗਸ ਟੂ ਰੀਅਲੀ ਹੈਲਪ ਰਿਲੈਕਸ ਯੋਰਸੈਲਫ, ਐਂਡ ਜਿੰਦਾ ਭਾਜੀ ਨੇ ਕਿਹਾ ਇਫ ਤੁਸੀਂ ਇਨਵਾਇਰਮੈਂਟ 'ਚ ਜਿਹੜੀ ਇਨਵਾਇਰਮੈਂਟ 'ਚ ਤੁਸੀਂ ਹੈਗੇ ਆ ਨਾ, ਤੁਹਾਨੂੰ ਫੀਲ ਨਹੀਂ ਹੁੰਦਾ ਕਿ ਇਹ ਹੈਲਥੀ ਹੈਗੀ ਆ, ਰੀਅਲੀ ਮੂਵ ਅਵੇ ਫਰੋਮ ਇਟ, ਯੂ ਡੋਂਟ ਨੀਡ ਟੂ ਬੀ ਇਨ ਦੈਟ ਟਾਈਪ ਆਫ ਇਨਵਾਇਰਮੈਂਟ, ਐਂਡ ਜਸਟ ਅਦਰ ਥਿੰਗਸ, ਸੋ ਹੈਲਥੀ ਫੂਡ ਰੀਅਲੀ ਇੰਪੋਰਟੈਂਟ, ਸੋ ਵੈਜੀਟੇਬਲਸ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋ ਆਪਣੇ ਵਿੱਚ ਨਾ ਐਵਰੀ ਬਿਟ ਆਫ ਬਾਣੀ ਇਜ਼ ਲਾਈਕ ਅ ਸੋਰਸ ਕੋਡ, ਐ ਇਨਸਟਰਕਸ਼ਨ, ਪਰ ਜੇ ਆਪਾਂ ਪੜ੍ਹਿਆ ਹੀ ਨਹੀਂ, ਆਪਾਂ ਉਹਨੂੰ ਪੜ੍ਹਦੇ ਨਹੀਂ, ਆਪਾਂ ਗੁਰੂ ਦੇ ਨਾਲ ਮਿਲ ਕੇ ਰੱਖਦੇ ਨਹੀਂ ਨਾ, ਵੀ ਗੁਰੂ ਸੈਡ ਦਿਸ ਬਿਫੋਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਵਿੱਚ ਸਾਰਾ ਕੁਛ ਆ, ਜੇ ਆਪਾਂ ਉਹਨੂੰ ਬਸ ਮੱਥਾ ਟੇਕ ਕੇ ਇੱਧਰ ਹੋਈ ਜਾਈਏ ਨਾ, ਆਪਾਂ ਉਹਦੇ ਵਿੱਚ ਜਿਹੜੇ ਹੀਰੇ ਮੋਤੀ ਭਰੇ ਹੋਏ ਆ ਆਪਾਂ ਉਹਨੂੰ ਨਹੀਂ ਅੰਡਰਸਟੈਂਡ, ਭਾਵੇਂ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹੋ, ਭਾਵੇਂ ਤੁਸੀਂ ਗੁਰਮੁਖੀ ਦੇ ਵਿੱਚ ਪੜ੍ਹੋ, ਉਹਦੇ ਵਿੱਚ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋ ਵਾਟ ਇਜ਼ ਇਟ? ਦੁੱਖ
are any kinds of ills, pains or ills that you got. Rog, any illness in your body, mind or spiritual rog. Because all those three areas get rog. Santap is a form of mental fever. You could call it, it's very difficult to translate, but it's a mental fever. So that's santap, your worry. So duk, rog and santap, all of those things are sorted out just by listening. But listening, like Benji has actually said, listening from your kan, from your hirda inside, but each cell of your body. But to get to that point, you don't think, oh, I'm not going to start because I'm not getting that magic straight away. ਉਹਦੇ like ਵਿੱਚ ਇਹ ਆ ਗੁਰੂ ਦੇ ਨਾਲ ਤੁਸੀਂ ਨਿਤਨੇਮ ਤੇ ਆਪਣੀ ਬਾਣੀ ਹਰੇਕ ਥੋੜੀ ਥੋੜੀ ਪੜੋ ਪਰ ਉਹਦੇ ਤੇ ਤੁਹਾਡਾ ਵਿਚਾਰ ਕਰੋ ਡੈਫੀਨਿਟਲੀ ਐਂਡ ਜਸਟ ਆਈ ਸਪੋਜ਼ ਦ ਫਾਈਨਲ ਪੁਆਇੰਟਸ ਆਰ ਇਜ਼ ਇਫ ਯੂ ਆਰ ਪਲੈਨਿੰਗ ਟੂ ਬਿਕਮ ਪ੍ਰੈਗਨੈਂਟ ਮੇਕ ਸ਼ੋਰ ਕਿ ਤੁਸੀਂ ਫੋਲਿਕ ਐਸਿਡ ਜ਼ਰੂਰ ਖਾਂਦੇ ਆ ਸੋ ਫੋਲਿਕ ਐਸਿਡ ਉਹ ਕਿਹੜੀ ਚੀਜ਼ਾਂ ਦੇ ਵਿੱਚੋਂ ਮਿਲਦਾ ਜੀ ਉਹ ਟੈਬਲੇਟਸ ਤੋਂ ਮਿਲਦਾ ਟੈਬਲੇਟ ਹੀ ਮਿਲਦਾ ਆਪਣੀ ਗੋਲੀ ਨਹੀਂ ਕੋਈ ਮਿਲਦੀ ਗੋਲੀ ਅੱਛਾ ਗੋਲੀ ਮਿਲਦੀ ਆ ਪਰ ਖਾਣੇ ਖੁਰਾਕ ਦੇ ਵਿੱਚ ਨਹੀਂ ਮਿਲਦਾ ਸੋ ਫੋਲਿਕ ਐਸਿਡ ਮੇਨਲੀ ਕਿਉਂਕਿ ਜਿਹੜਾ ਖੁਰਾਕ ਆ ਸਾਨੂੰ ਮੈਜ਼ਰ ਨਹੀਂ ਕਰਨਾ ਆਉਂਦਾ ਕਿ ਕਿੰਨਾ ਉੱਚ ਫੋਲਿਕ ਐਸਿਡ ਹੋਗਾ ਕਿੰਨਾ ਨਹੀਂ ਤੇ ਜਦੋਂ ਤੁਸੀਂ ਪ੍ਰੈਗਨੈਂਟ ਹੁੰਦੇ ਆ ਯੂ ਨੀਡ ਹੈਵ ਅ ਮਿਨਿਮਮ ਡੋਸ ਸੋ ਡਾਕਟਰ ਨੋਰਮਲੀ ਤੁਹਾਨੂੰ ਦੱਸਦੇ ਹੁੰਦੇ ਹਨ ਨਾ ਪ੍ਰੈਗਨੈਂਟ 3 ਮੰਥਸ 3 ਮੰਥਸ ਸੋ ਵੈਨ ਯੂ ਟ੍ਰਾਈਂਗ start taking it start it doesn't and it doesn't matter ki to see even if tin char mahine it doesn't matter multivitamin mangua but you can get folic acid vitamin a no avoid kariya karo but most importantly main kehndi ha ke exercise just walking half an hour 40 minutes a day like I said meditation good food organic food is really good jidda pinda ch punjab ch hunda siga jinne jadon beej beej hunde sige khana hunda siga sade maa tadti to hunde sige you know process nahi hunde sige and I think my final point is ke jado thadnu bachcha aoga and I us time to pehla bhi ek part sun zarur really nice hona chahida tusi kar sakde ha please karo puta mata ki asis asi e bani nu bahut vaari sunde ha especially jado guru arjan dev ji de shahidi purab hunda ha pehda ida arth ki hega so puta mata ki asis bibi pani ne keha sega jado guru arjan dev ji ohna de ਗਰਭ ਦੇ ਵਿੱਚ ਸੀਗੇ ਪੂਤਾ ਮਾਤਾ ਕੀ ਅਸੀਸਾ ਯੂ ਆਰ ਅ ਬਲੈਸਿੰਗ ਨਿਆਣਾ ਬਲੈਸਿੰਗ ਹੁੰਦਾ ਉਹਦੀ ਮਾਂ ਦੀ ਅਸੀਸਾ ਦਾ ਨਾਲ ਹੁੰਦਾ ਵਾ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਕਿ ਤੁਸੀਂ ਇਹ ਜਿਹੜੀ ਅਸੀਸ ਹੈਗੀ ਆ ਸਿਰਫ ਨਿਆਣੇ ਦੀ ਨਹੀਂ ਹੈਗੀ ਪਰ ਇਹ ਨਿਆਣਾ ਵੀ ਨਾਮ ਜਪੇ ਅਤੇ ਨਾਮ ਵੀ ਉਸ ਨਿਆਣੇ ਦੇ ਹਿਰਦੇ ਦੇ ਵਿੱਚ ਹੋਣਾ ਚਾਹੀਦਾ ਵਾ ਜੇ ਮਾਂ ਇਸ ਪਾਣੀ ਨੂੰ ਐਵਰੀ ਡੇ ਵੀ 5 ਮਿੰਟ ਹੀ ਤੁਸੀਂ ਪੜ੍ਹ ਸਕਦੇ ਆ ਨਾ ਤੁਸੀਂ ਦੇਖੋ ਇਫੈਕਟ ਤੁਹਾਡੇ ਮਨ 'ਤੇ ਕਿੱਦਾਂ ਹੋਊਗਾ ਅਤੇ ਤੁਹਾਡੇ ਨਿਆਣੇ ਦੇ ਮਨ 'ਤੇ ਵੀ ਕਿੱਦਾਂ ਹੋਊਗਾ ਸੋ ਆਈਵ ਗੋਟ ਵਨ ਮੋਰ ਕੁਐਸਚਨ ਬੈਂਜੀ ਯੂ ਹੈਵ ਕਵਰਡ ਕੁਆਇਟ ਅ ਲੋਟ ਆਫ ਥਿੰਗਸ ਹੇਅਰ ਸੋ ਜਿਹੜੇ ਵਾਟ ਐਡਵਾਈਸ ਡੂ ਯੂ ਗਿਵ ਟੂ ਪੀਪਲ ਹੂ ਜਿਹਦਾ ਹੁਣ ਜਿਹਦੇ ਹਲੇ ਦਾ ਵਿਆਹ ਨਹੀਂ ਹੋਇਆ ਐਂਡ ਦੇ ਆਰ 40 ਔਰ ਅਬਵ ਬਟ ਉਹਨਾਂ ਨੇ ਜੋ ਬੱਚੇ ਚਾਹੁੰਦੇ ਹਨ ਉਹ ਕੀ ਕਰ ਸਕਦੇ ਬੰਦੇ ਵੀ ਕੀ ਕਰ ਸਕਦੇ ਬੁੜੀਆ ਵੀ ਕਰ ਸਕਦੇ ਸੋ ਪਹਿਲੀ ਗੱਲ ਆ ਡੋਂਟ ਵਰੀ ਡੋਂਟ ਐਡ ਦ ਸਟ੍ਰੈਸ ਔਨ ਟੂ ਯੋਰ ਹੈਡ ਲਾਈਕ ਆਈ ਸੈਡ ਬਹੁਤ ਹੈਗੇ ਆ ਸਿਚੁਏਸ਼ਨ ਜੇ 40 ਤੋਂ ਉੱਪਰ ਉਹਨਾਂ ਨੂੰ ਬੇਬੀ ਹੋਏ ਆ ਆਪਸ਼ਨ ਇੱਦਾਂ ਹੈਗੀਆਂ ਕਿ ਤੁਸੀਂ ਆਪਣੇ ਐਗਸ ਵੀ ਤੁਸੀਂ ਫਰੀਜ਼ ਕਰ ਸਕਦੇ ਆ ਸਪਰਮ ਵੀ ਤੁਸੀਂ ਆਪਣਾ ਫਰੀਜ਼ ਕਰ ਸਕਦੇ ਆ ਐਂਡ ਅਗੇਨ ਆਈ ਵੀ ਐਫ ਇਜ਼ ਸਟਿਲ ਐਨ ਆਪਸ਼ਨ ਫੋਰ ਪੀਪਲ ਅਬਵ ਦੀ ਏਜ ਆਫ 40 ਇਟਸ ਅ ਵੈਰੀ ਕਾਮਨ ਆਪਸ਼ਨ ਅਬਵ ਦੀ ਏਜ ਆਫ 40 ਐਸ ਵੈਲ ਸੋ ਦੇਰ ਇਜ਼ ਲੋਟਸ ਆਫ ਆਪਸ਼ਨਸ ਦੇਰ ਇਜ਼ ਆਲਸੋ ਅਦਰ ਥਿੰਗਸ ਅਬਾਊਟ ਸੋਰਟ ਆਫ ਅ ਡੋਨਰ ਐਗ ਆਪਸ਼ਨਸ ਐਂਡ ਸਪਰਮ ਡੋਨੇਸ਼ਨਸ ਔਰ ਆਈ ਥਿੰਕ ਦੀ ਅਪਾ ਜਦੋਂ ਅਪਾ ਹਾਂਜੀ ਸਰਵਗਟ ਐਸ ਵੈਲ ਅਪਾ ਜਦੋਂ ਇਹ ਤੁਸੀਂ ਥੋੜੇ ਬਾਰੇ ਕਿਸ ਕਰ ਸਕਦੇ ਜਿਹੜਾ ਤੁਸੀਂ ਡੋਨਰ ਐਗ ਤੇ ਡੋਨਰ ਸਪਰਮ ਇਹ ਹੁੰਦਾ ਵਾ ਕਿ ਜੇ ਤੁਹਾਡੇ ਆਂਡੇ ਨਹੀਂ ਕੰਮ ਕਰਦੇ ਇੰਨੇ ਜਾਂ ਹੈਗੇ ਨਹੀਂ ਇੰਨੇ ਜਾਂ ਸਪਰਮ ਨਹੀਂ ਇੰਨੀ ਚੰਗੀ ਕੁਆਲਿਟੀ ਹੈਗੀ ਤੁਸੀਂ ਕਿਸੇ ਹੋਰ ਤੋਂ ਲੈ ਲਿਓ ਪਰ ਨਵਾਂ ਲੋਅ 2005 ਤੋਂ ਬਾਅਦ ਆਇਆ ਵਾ ਕਿ ਜਦੋਂ ਨਿਆਣਾ 18 ਸਾਲ ਤੋਂ ਉੱਪਰ ਹੋ ਗਿਆ ਵਾ ਉਹ ਪਤਾ ਕਰ ਸਕਦਾ ਵਾ ਕਿ ਮੇਰੀ ਮਾਂ ਮੇਰੀ ਅਸਲੀ ਮਾਂ ਨਹੀਂ ਤੁਸੀਂ ਕਹਿ ਸਕਦੇ ਵੀ ਜਿਹੜਾ ਆਂਡਾ ਸੀਗਾ ਜਿਹਨੇ ਆਂਡਾ ਦਿੱਤਾ ਕੌਣ ਸੀਗਾ ਤੇ ਜਿਹਨੇ ਸਪਰਮ ਦਿੱਤਾ ਸੀ ਜਿਹਨੇ ਪਾਣੀ ਦਿੱਤਾ ਸੀ ਉਹ ਕੌਣ ਸੀਗਾ ਸੋ ਜਿਸ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੱਦਾਂ ਨਹੀਂ ਕਰ ਸਕਦੇ ਇਨਫੈਕਟ ਆਈ ਵਾਜ਼ ਵਰਕਿੰਗ ਵਿਦ ਅ ਕੰਸਲਟੈਂਟ ਰਿਸਪੀਰੇਟਰੀ ਕੰਸਲਟੈਂਟ ਉਹਨੇ ਇਹ ਕੀਤਾ ਸੀਗਾ ਉਹਦਾ ਹਸਬੈਂਡ ਨਹੀਂ ਕੋਈ ਸੀਗਾ ਪਰ ਉਹਨੂੰ ਨਿਆਣਾ ਚਾਹੀਦਾ ਸੀ ਉਹਨੇ ਸਪਰਮ ਡੋਨੇਸ਼ਨ ਕਰਕੇ ਨਿਆਣਾ ਲਿਆ ਸੀ ਸੋ ਸੋ ਜਸਟ ਵਾਂਟ ਟੂ ਇੰਟਰਡਿਊਸ ਕਈਆਂ ਨੂੰ ਹੋਊਗਾ ਕਿ ਇਹ ਨਾ ਸਾਇੰਸ ਦੀ ਗੱਲ ਹੈ ਨਾ ਆਪਣੇ ਕੋਲੇ ਥੋੜੇ 5 ਮਿੰਟ ਵਾਪਸ ਹੈਗੇ ਆ ਹੁਣ ਆਪਣੇ ਨਾ ਉਹਦੇ ਵਿੱਚ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਕੁਝ ਵੀ ਆਪਾਂ ਨੂੰ ਧਰਤੀ ਉੱਤੇ ਬਣਾਇਆ ਗਿਆ ਹੈ ਨਾ ਜਿਹੜੀ ਟੈਕਨੋਲੋਜੀ ਮੈਡੀਸਨ ਸਾਇੰਸ ਇਹ ਸਾਰਾ ਰੱਬ ਤੋਂ ਹੀ ਆਇਆ ਹਾਂਜੀ ਪੂਰੀ ਕ੍ਰੀਏਸ਼ਨ ਦ ਕ੍ਰੀਏਟਰ ਇਜ਼ ਇਨ ਹਿਸ ਕ੍ਰੀਏਸ਼ਨ
ਸੋ ਤੁਸੀਂ ਇਹ ਨਹੀਂ ਸੋਚਣਾ ਕਿ ਇਹ ਰੱਬ ਦੀ ਬਣਾਈ ਹੋਈ ਚੀਜ਼ ਨਹੀਂ ਬਈ, ਆਹ ਰੱਬ ਦੀ ਬਣਾਈ ਹੋਈ ਚੀਜ਼, ਰੱਬ ਦੀ ਬਣਾਈ ਚੀਜ਼ ਤਾਂ ਸਾਰੀ ਆ, ਹੈ ਨਾ, ਬੈਡ ਗੁੱਡ ਡਾਰਕ ਲਾਈਟ ਸਾਰਾ ਕੁਛ ਰੱਬ ਤੋਂ ਹੀ ਆਇਆ। ਆਪਾਂ ਇਹ ਦੇਖਣਾ ਕਿ ਉਹਦੇ ਵਿੱਚੋਂ ਲੰਘ ਕੇ ਆਪਣੇ ਵਾਸਤੇ ਬੈਸਟ ਚੀਜ਼ ਕੀ ਆ। ਤੁਸੀਂ ਆਪਦਾ ਦਇਆ ਦੇ ਹਿਸਾਬ ਦੇ ਨਾਲ ਆਪਦੀ ਖੁਦ ਮਤ ਯੂਜ਼ ਕਰੋ, ਮਨ ਨੀਵਾ ਮਤ ਉੱਚੀ, ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ। ਤੁਸੀਂ ਨਿਮਰਤਾ ਦੇ ਵਿੱਚ ਰਹੋ, ਪਰ ਤੁਸੀਂ ਪਤਾ ਕਰੋ ਕੀ ਕੁਛ ਹੋ ਰਿਹਾ ਆ। ਪਰ ਇਹ ਨਹੀਂ ਕੋਈ ਖਰਾਬ ਨਹੀਂ ਹੈ ਕਿ ਫਲਾਨੇ ਨੇ ਉਹ ਕਰਕੇ ਨਿਆਣਾ ਲੈ ਲਿਆ, ਫਲਾਨੇ ਨੇ ਉਹ ਕਰਕੇ ਨਿਆਣਾ ਲੈ ਗਿਆ। ਤੁਸੀਂ ਐਵੇਂ ਨਹੀਂ ਸੋਚਣਾ ਸੰਗਤ ਜੀ, ਕਿਉਂਕਿ ਜਿਹੜਾ ਕੁਛ ਵੀ ਹੋਇਆ ਉਹਦੇ ਹੁਕਮ ਦੇ ਵਿੱਚ ਹੋਇਆ। ਤੇ ਇੱਕ ਹੋਰ ਵਨ ਮੋਰ ਚੀਜ਼ ਹੈਗੀ ਆ ਵੀ ਜਿੱਦਾਂ ਹੁਣ ਜੇ ਕਿਸੇ ਦੇ ਹੁਣ ਆਪਾਂ ਵੀ ਕਵਰ ਸੋਰ ਆਫ ਆਪਸ਼ਨ ਲਾਈਕ ਫ੍ਰੀਜ਼ਿੰਗ ਸਰਵਿਸ ਲਾਈਕ ਸ਼ੇਅਰਿੰਗ ਡੋਨੇਟਿੰਗ, ਜੇ ਕਿਸੇ ਦੇ ਜਿੱਦਾਂ ਨਹੀਂ ਜਿੱਦਾਂ ਅਸੀਂ ਐਕਸਪੈਕਟ ਕਰਦੇ ਵੀ ਮੇਰਾ ਖੁਦ ਆਪਣਾ ਬੱਚਾ ਮੈਂ ਜਨਮ ਦੇਵਾਂ, ਹੈ ਨਾ, ਜੇ ਉਹ ਨਹੀਂ ਹੋਵੇ ਤੇ ਅਦਰ ਦੂਜੀ ਆਪਸ਼ਨਾਂ ਵੀ ਤੁਸੀਂ ਆਪਾਂ ਇੱਥੇ ਡਿਸਕਸ ਕਰ ਸਕਦੇ ਹਾਂ। ਅੱਛਾ, ਅਡੋਪਸ਼ਨ ਇਜ਼ ਰੀਅਲੀ ਸਾਡੀ ਕਮਿਊਨਿਟੀ 'ਚ ਇਹ ਅਸੀਂ ਇੰਨਾ ਕਰਦੇ ਨਹੀਂ ਹੈਗੇ, ਪਰ ਕਰਨਾ ਚਾਹੀਦਾ ਵਾ ਅਡੋਪਸ਼ਨ। ਅਤੇ ਜਿਹੜਾ ਉਸ ਤੁਸੀਂ ਦੱਸੋ ਕਿ ਜਦੋਂ ਤੁਸੀਂ ਅਡੋਪਟ ਕਰਦੇ ਆ ਨਿਆਣੇ ਨੂੰ, ਉਹਦੇ ਮੰਮ ਡੈਡ ਮੇ ਬੀ ਉਹਨੂੰ ਚਾਹੁੰਦੇ ਨਹੀਂ ਹੈਗੇ ਫੋਰ ਨੋ ਰੀਜ਼ਨ, ਜਿੰਨੀ ਸੇਵਾ ਤੁਸੀਂ ਉਸ ਅਡੋਪਸ਼ਨ 'ਚ ਕਰਦੇ ਆ ਨਾ, ਬਹੁਤ ਵੱਡੀ ਪੁੰਦੀ ਗੱਲ ਵਾ। ਅਤੇ ਜਿੰਨਾ ਤੁਸੀਂ ਉਹਨੂੰ ਸਿੱਖਿਆ ਦੇ ਸਕਦੇ ਹੋ ਉਸ ਨਿਆਣੇ ਨੂੰ, ਯੂਨੇ ਮੇ ਬੀ ਉਹਦੇ ਆਪਣੇ ਮੰਮ ਡੈਡ ਨਹੀਂ ਕਰ ਸਕਦੇ ਸੀਗੇ ਜਾਂ ਦੇ ਸਕਦੇ ਸੀਗੇ, ਉਸ ਫੋਸਟਰਿੰਗ ਫੋਸਟਰਿੰਗ ਦਾ ਇਹ ਮਤਲਬ ਹੁੰਦਾ ਸਮਟਾਈਮਸ ਜਿਹੜੇ ਨਿਆਣੇ ਆ ਦੇ ਮਾਈਟ ਬੀ ਟ੍ਰਬਲਡ, ਸੋ ਟ੍ਰਬਲ ਦਾ ਮਤਲਬ ਜਿੰਨਾ ਕਾਫੀ ਦੁਰਘਟਨਾ ਤੋਂ ਉਹ ਗੁਜ਼ਰੇ ਆ, ਅਤੇ ਉਹਨਾਂ ਨੂੰ ਜਿੰਨਾ ਥਾਂ ਚਾਹੀਦੀ ਆ, ਕਿਉਂਕਿ ਜੇ ਉਹ ਆਪਣੇ ਮਾਂ ਪਿਓ ਕੋਲ ਰਹੋਗੇ ਸੇਫ ਨਹੀਂ ਹੈਗਾ ਜਾਂ ਚੰਗੀ ਥਾਂ ਨਹੀਂ ਹੈਗੀ ਆ, ਤੁਸੀਂ ਉਹਨਾਂ ਨੂੰ ਵੀ ਆਪਣੇ ਕੋਲ ਰੱਖ ਸਕਦੇ ਹਾਂ। ਸੋ ਜਸਟ ਰਿਮੈਂਬਰ ਇਹ ਸਾਰੇ ਆਪਸ਼ਨਸ ਆ, ਨਾਲੇ ਇਹ ਵੀ ਜਿੱਦਾਂ ਆਪਾਂ ਚੀਜ਼ ਇਹ ਵੀ ਦੇਖਦੇ ਇਹ ਵੀ ਲਿਖਿਆ ਹੁੰਦਾ, ਹੈ ਨਾ, ਵੀ ਤੁਸੀਂ ਉਹ ਇਹ ਜਿਹੜਾ ਜੀਵ ਦੇ ਨਾਲ ਸੰਬੰਧ ਤੁਹਾਡਾ ਹੈਗਾ ਲਿਖਿਆ, ਫੋਸਟਰਿੰਗ ਥਾਂ ਨਹੀਂ ਹੋਊਗਾ, ਅਡੋਪਸ਼ਨ ਥਾਂ ਨਹੀਂ ਹੋਊਗਾ, ਵੀ ਤੁਹਾਡੀ ਧੁਰ ਤੋਂ ਲਿਖਿਆ ਆ ਵੀ ਤੁਸੀਂ ਇਸ ਚੀਜ਼ ਦੀ ਸੇਵਾ ਕਰਨੀ। ਭਾਜੀ ਨੇ ਬਹੁਤ ਸੋਹਣਾ ਐਗਜ਼ਾਮਪਲ ਦਿੱਤਾ ਬਾਬਾ ਇਕਬਾਲ ਜੀ, ਅਤੇ ਉਹਨਾਂ ਨੇ ਕਿਹਾ ਸੀਗਾ ਯੂਨੇ ਉਹਨਾਂ ਨੂੰ ਭਾਜੀ ਨੇ ਮੈਨੂੰ ਜਿਸ ਸ਼ੋਅ ਕਰਨ ਤੋਂ ਪਹਿਲਾਂ ਅਸੀਂ ਜਿਸ ਡਿਸਕਸ ਕਰਦੇ ਸੀਗੇ, ਪੰਥ ਦੇ ਰਤਨ ਬਾਬਾ ਇਕਬਾਲ ਜੀ ਬਰੂ ਸਾਹਿਬ ਦੀ ਗੁਰੂ ਦੀ ਕਾਸ਼ੀ ਦੀ ਮਿਸ਼ਨ ਦੇ ਵਿੱਚ ਵੀ ਆਏ ਹੋਏ ਆ, ਉਹਨਾਂ ਬਾਰੇ ਥੋੜ੍ਹਾ ਜਿਹਾ ਅਸੀਂ ਡਿਸਕਸ਼ਨ ਕਰ ਰਹੇ ਸੀ। ਅਸੀਂ ਕਰਦੇ ਸੀਗੇ ਕਿ ਭਾਜੀ ਮੈਨੂੰ ਦੱਸਦੇ ਸੀਗੇ ਕਿ ਉਹਨਾਂ ਦਾ ਲੋਕ ਉਹਨਾਂ ਨੂੰ ਪੁੱਛਦੇ ਆ ਤੁਸੀਂ ਵਿਆਹ ਨਹੀਂ ਕੀਤਾ, ਤੁਹਾਡੇ ਨਿਆਣੇ ਕਿਉਂ, ਤੁਹਾਡੇ ਨਿਆਣੇ ਨਹੀਂ ਹੈਗੇ, ਅਤੇ ਬਾਬਾ ਜੀ ਨੇ ਖੁਦ ਕਿਹਾ ਸੀ ਕਿ ਮੇਰੇ ਕੋਲ ਉਸ ਮੋਰ ਦੈਨ 70,000 ਚਿਲਡਰਨ ਉਹਨਾਂ ਦੇ, ਆਈ ਹੈਵ ਮੋਰ ਦੈਨ 70,000 ਨਿਆਣੇ, ਯੂ ਨੋ ਆਈ ਮੀਨ ਈਵਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਮੇਰਾ ਪੰਥ ਨਿਰਾਲਾ, ਕਿ ਸਾਰੇ ਨਿਆਣੇ ਮੇਰੇ ਖਾਲਸਾ ਮੇਰਾ ਪੰਥ ਨਿਰਾਲਾ, ਕਿ ਸਾਰੇ ਨਿਆਣੇ ਮੇਰੇ ਹੀ ਆ, ਸਾਡੇ ਸਿਰਫ ਚਾਰ ਸਾਹਿਬਜ਼ਾਦੇ ਨਹੀਂ ਸੀਗੇ। ਸਰ ਖਾਲਸਾ ਪੰਥ ਉਹਨਾਂ ਦਾ ਉਹਨਾਂ ਦੀ ਗੋਦ ਦੇ ਵਿੱਚ ਪਾ ਦਿੱਤਾ ਸੀ। ਸਰ ਰੀਅਲੀ ਸਾਰੇ ਨਿਆਣੇ ਤੁਹਾਡੇ ਨਿਆਣੇ ਆ, ਟੂ ਬੀ ਵੈਰੀ ਓਨੈਸਟ। ਸੋ ਉਹਦੇ ਨੋਟ ਦੇ ਵਿੱਚ ਸਾਡਾ ਨਾ ਆਹ ਤਾਂ ਮੈਨੂੰ ਤਾਂ ਬਹੁਤ ਇਹ ਸ਼ੋਅ ਦੇ ਵਿੱਚ ਨਾ ਸਿੱਖਣ ਨੂੰ ਮਿਲਿਆ, ਅਤੇ ਬਹੁਤ ਸਿੱਖੀ ਦਾ ਪਿਆਰ ਵੀ ਬਹੁਤ ਫਿਰ ਇੱਕ ਵਾਰ ਜਾਗਰਿਤ ਹੋ ਜਾਂਦਾ ਹੈ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਸੁਣਦੇ ਹਾਂ। ਇਸ ਦੇਖੋ ਜੇ ਆਪਾਂ ਬਾਣੀ ਦੇ ਨਾਲ ਜੁੜੋ, ਬਾਣੀ ਦੇ ਵਿੱਚ ਕਈ ਆਨਸਰ ਪੈਦਾ ਹੁੰਦੇ ਆ। ਪਰ ਜਦੋਂ ਤੁਸੀਂ ਇਹ ਵੀ ਦੇਖੋ ਕਿ ਜਿਹੜਾ ਕੁਛ ਬਣਾਇਆ ਗਿਆ ਹੈ ਆਪਣੀ ਬਾਇਓਲੋਜੀ, ਆਪਣਾ ਸਾਇੰਸ, ਵਿੱਦਿਆ ਵਿਚਾਰੀ ਅਤੇ ਪਰਉਪਕਾਰੀ, ਇਹਨਾਂ ਦਾ ਇਹੀ ਆ, ਭੈਣ ਜੀਆਂ ਆਈਆਂ ਆ ਆਪਦੀ ਵਿੱਦਿਆ ਤੁਹਾਡੇ ਨਾਲ ਸ਼ੇਅਰ ਕਰਕੇ, ਅਤੇ ਇੱਕ ਤਰਫ ਸੰਗਤ ਦੇ ਨਾਲ ਇੱਕ ਨਾ ਸ਼ੇਅਰਿੰਗ ਕਰ ਰਹੇ ਆ, ਹੈ ਨਾ, ਇਹ ਸੇਵਾ ਆ, ਹੈ ਨਾ। ਸੋ ਤੁਹਾਨੂੰ ਸਾਰਿਆਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਫਰਟੀਲਿਟੀ ਬਾਰੇ ਤੁਸੀਂ ਜਾਣਕਾਰੀ ਰੱਖੋ, ਇਸ ਸ਼ੋਅ ਨੂੰ ਦੁਬਾਰਾ ਵੀ ਦੇਖੋ, ਆਪਦੇ ਫਰੈਂਡਸ ਆਪਦੀ ਸਾਰੀ ਫੈਮਿਲੀਆਂ ਨੂੰ ਦਿਖਾਓ ਜੀ। ਇਹ ਵੀ ਇੱਕ ਤਰਫ ਦਾ ਪਰਉਪਕਾਰ ਹੈ ਜੇ ਤੁਸੀਂ ਇਹ ਵੀਡੀਓ ਕਿਸੇ ਨੂੰ ਦਿਖਾਓਗੇ, ਕਿਉਂਕਿ ਇਹਦੇ ਨਾਲ ਕਿਸੇ ਦਾ ਭਲਾ ਹੋਊਗਾ, ਹੈ ਨਾ। ਸੋ ਇਹਦੇ ਨਾਲ ਥੈਂਕ ਯੂ, ਐਂਡ ਥੈਂਕ ਯੂ ਤੁਹਾਡਾ ਜੀ ਭੈਣ ਜੀ, ਅਤੇ ਆਪਣਾ ਸਾਰਾ ਅਸੀਂ ਜੋ ਟੀਮ ਆ ਇੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਤੁਸੀਂ ਸਾਨੂੰ ਦੱਸੋ, ਹੈ ਨਾ, ਤੁਹਾਡੇ ਬੱਚੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।